ਨਿਰਮਲ ਨਿਮਾਲੰਗਾ ਦਾ ਨੋਵਲ ਹੈ ਹਿੰਦ پاک ਬਾਰਡਰ ਨਾਮਾ ਕਾਂਡ 12ਵਾਂ ਮਾਂ ਦੀ ਬਿਮਾਰੀ ਕਰਕੇ ਐਸਾ ਉਲਝਿਆ 2 ਮਹੀਨੇ ਜਾ ਨਾ ਸਕਿਆ ਪਾਰ ਸੀਮਾ ਯਾਦ ਆਵੇ ਤਾਂ ਦਿਲ ਬੈਠ ਬੈਠ ਜਾਵੇ ਉਹਦਾ ਹੁਣ ਫੇਰ ਸੁਨੇਹਾ ਆ ਗਿਆ ਫੌਰੀ ਆਵਾਂ ਮਾਂ ਜੀ ਟੀਬੀ ਦੇ ਗੰਭੀਰ ਮਰੀਜ਼ ਬਣ ਗਏ ਹੋਏ ਮੈਨੂੰ ਜາດ ਦਾਖਲ ਕਰਵਾਇਆ ਗੁਰੂ ਰਾਮਦਾਸ ਹਸਪਤਾਲ ਅੰਬਰਸਰ ਜਿੱਥੇ ਉਸ ਸਾਲ ਤੋਂ ਵੱਧ ਸਮਾਂ ਰਹੀਂ ਗਫੂਰ ਸੁਨਿਆ ਲੈ ਆਇਆ ਇਸ ਵਰ ਕਰ ਨਾ ਸਕਿਆ ਨਾ ਆਖਿਆ ਸੀਮਾ ਨੂੰ ਦੱਸ ਦੇ ਜੂਨ ਦੇ ਪਹਿਲੇ ਹਫਤੇ ਆਵਾਂਗਾ ਪੂਰੇ ਨੇ ਇਹ ਖਬਰ ਵੀ ਦਿੱਤੀ ਖਾਨ ਨੂੰ ਕੋਈ ਪਤਾ ਨਹੀਂ ਲੱਗਾ ਸੀਮਾ ਦੇ ਇੱਧਰ ਆਉਣ ਦਾ ਹੁਣ ਰਈ ਨਾ ਲੋੜ ਕਿਸੇ ਆਸਰੇ ਦੀ ਸਹਾਰੇ ਦੀ ਪਾਰ ਜਾਣ ਆਉਣ ਦਾ ਹੋ ਗਿਆ ਪੂਰਾ ਪੇਤੀ ਆਰ ਪਾਰ ਦੇ ਜਾਣ ਗਿਆ ਸਾਰੇ ਅੱਡੇ ਟਿਕਾਣੇ ਚੰਗੇ ਮਾੜੇ ਦੀ ਹੋ ਗਈ ਹੋਈ ਪਛਾਣ ਦੋ ਸਾਲ ਲੰਘੇ ਕ੍ਰਾਸ ਕਰਦੇ ਆਂ ਸੀਮਾ ਨਾਲ ਮੁਹੱਬਤ ਗੁੜੀ ਕਰਦੇ ਆਂ ਕਿੰਨੇ ਚੱਕਰ ਗਿਆ ਪਾਰ ਗਿਣਤੀ ਕੋਈ ਨਹੀਂ ਕਦੇ ਹਫ਼ਤੇ ਵਿੱਚੋਂ ਕਦੇ 15-20 ਕਦੇ ਮਹੀਨੇ ਕਦੇ 2 ਮਹੀਨੇ ਵਿੱਚੋਂ ਵੀ ਕਿੰਨਾ ਸਫ਼ਰ ਕੀਤਾ ਮੈਂ ਗੋਲੀਆਂ ਦੀ ਛਾਂ ਹੇਠ ਕਿੰਨੀ ਵਾਰ ਚੀਰਿਆ ਮੇਰੇ ਡਰੋਲਿਆਂ ਨੇ ਰਾਵੀ ਦੀਆਂ ਬੇਮੁਹਾਰੀਆਂ ਛੱਲਾਂ ਨੂੰ ਕਿੰਨੀ ਵਾਰ ਟਕਰਾਈ ਕਛੂਏ ਤੇ ਮੱਛੀਆਂ ਸਰੀਰ ਨਾਲ ਕਦੇ ਲਹਿਰਾਂ ਦੀਆਂ ਝੰਬੜੀਆਂ ਨੇ ਝੰਬਿਆ ਕਈ ਵਾਰ ਸੁੰਨ ਹੋਇਆ ਬਰਫ਼ ਵਰਗੇ ਪਾਣੀ ਨਾਲ ਕਿੰਨੀ ਵਾਰ ਰੰਗ ਵਟਾਏ ਕਾਲੀਆਂ ਬੂਲੀਆਂ ਰਾਤਾਂ ਨੇ ਸਿਰ ਤੇ ਕੜਕਦੀਆਂ ਬੱਦਲਾਂ ਦੀਆਂ ਬਿਜਲੀਆਂ ਰਾਹ ਰੋਕਿਆ ਝਖੜਾਂ ਨੇਰਿਆਂ ਨੇ ਕਿੰਨੀ ਵਾਰ ਸੱਪਾਂ ਸਪੋਲੀਆਂ ਨੇ ਮਿੱਧਿਆ ਨੰਗੇ ਪੈਰਾਂ ਹੇਠ ਕਿੰਨੀ ਵਾਰ ਦੱਬ ਸੂਲਾਂ ਤੇ ਪੱਛਾਂ ਨੇ ਛੇਲਿਆ ਜ਼ਖਮੀ ਕੀਤਾ ਕਿੰਨੀ ਵਾਰ ਲਹੂ ਪੀਤਾ ਸੀਮਾ ਦੀਆਂ ਯਾਦਾਂ ਨੇ ਗਿਣਤੀ ਕਰਨੀ ਅਸੰਭਵ ਮੁਸ਼ਕਿਲ ਸੀਮਾ ਨੂੰ ਪੂਰਬੀ ਪੰਜਾਬ ਵਖਾ ਕੇ ਹੋ ਗਿਆ ਸਾ ਸੁਰਖਰੂ ਲਾ ਚੁੱਕਾ ਸੌਦਾ ਲਾਂਮਾ ਕਰਤੀ ਸੀ ਰੇਟਪੂਰ ਇਧਰ ਪੰਜਾਬ ਦੇ ਹਾਲਾਤ ਦਿਨੋਂ ਦਿਨ ਵਿਗੜਦੇ ਗਏ ਹਰ ਰਾਤ ਡੁੱਬੀ ਹੁੰਦੀ ਖੂਨ ਚ ਹਰ ਰਾਤ ਦਾ ਚਿਹਰਾ ਭਰਿਆ ਹੁੰਦਾ ਜ਼ਖਮਾਂ ਨਾਲ ਛੋਡੇ ਲੱਥੇ ਹੁੰਦੇ ਜਸਮਾ ਦੇ ਪਿੰਡਰਾਵਾਲਾ ਅਕਾਲ ਤਖਤ ਹਰਮੰਦਰ ਸਾਹਿਬ ਕਰੀ ਜਾਂਦਾ ਇਕੱਠਾ ਹਸਲਾ ਟਰੱਕਾਂ ਦੇ ਟਰੱਕ ਤੇ ਉਹ ਆਉਂਦਾ ਸਾਰਾ ਪਾਕਿਸਤਾਨ ਤੋਂ ਇਸ ਵਾਰ ਮੈਂ ਜੂਨ 1983 ਦੇ ਪਹਿਲੇ ਹਫਤੇ ਕ੍ਰਾਸ ਕੀਤਾ ਜੋ ਤਰੀਕ ਮਿਤ ਹੁੰਦਾ ਸੀ ਸੀਮਾ ਨਾਲ ਉਸੇ ਦਿਨ ਰਾਤੀ ਜਾਂ ਅਗਲੇ ਪਿਛਲੇ ਦਿਨ ਜ਼ਰੂਰ ਪਹੁੰਚ ਜਾਂਦਾ ਇਸ ਵਾਰੀ ਵੱਡੀ ਉਲਝਣ ਚਾ ਸਾਂ ਡਰਾਂ ਤੇ ਕਬਰਾਵਾਂ ਇਹ ਸੋਚਾਂ ਕਿਤੇ ਸੀਮਾ ਨੇ ਤਿਆਰੀ ਨਾ ਕਰ ਲਈ ਹੋਵੇ ਮੇਰੇ ਨਾਲ ਭਾਰਤ ਪੱਕੇ ਤੌਰ ਤੇ ਆਉਣ ਦੀ ਖੈਰ ਮੈਂ ਸੋਚ ਕੇ ਵੀ ਕੋਈ ਲਾਰਾ ਲਾਉ ਆ ਵੜਿਆ ਸਿਆਲਕੋਟ ਅੱਗੇ ਕੋਈ ਘਰ ਕੋਈ ਨਾ 12 ਇੱਕ ਦਾ ਵੇਲਾ ਕੜਾਕੇਦਾਰ ਧੁੱਪ ਕੱਢੀ ਜਾਂਦੀ ਵਟ ਸੇਕ ਨਿਕਲਦਾ ਹਰ ਚੀਜ਼ ਚੋਂ ਪਰਛਾਵਿਆਂ ਵਿੱਚ ਵੀ ਤਪਸ਼ ਗਰਮੀ ਵਗਦੀ ਵੀ ਅੱਗ ਭਰਦੀ ਵੀ ਅੱਗ ਅੱਖਾਂ ਨਾ ਪੂਰਾ ਖੁੱਲਦੀਆਂ ਤੇਜ਼ ਧੁੱਪ ਚ ਕਾਂ ਅੱਖ ਨਿਕਲਦੀ ਤੇ ਮੈਨੂੰ ਅਚਵੀ ਜੀ ਲੱਗੀ ਹੋਈ ਚਾਵਾਂ ਸੀਮਾ ਹੁਣੇ ਮੇਰੇ ਕੋਲ ਹੋਵੇ ਮਾਲਾ ਨੇ ਸ਼ਰਬਤ ਪਿਆਇਆ ਦੱਸਿਆ ਖਾਨ ਦਾ ਤਾਂ ਪਤਾ ਨਹੀਂ ਸੀਮਾ ਕਿਸੇ ਸੇਹਲੀ ਦੇ ਨਿਕਾਹ ਤੇ ਗਈ ਹੋਈ ਹੈ ਸ਼ਾਮ ਹੀ ਆਏਗੀ ਪੱਖਾ ਛੱਡ ਕੇ ਮੈਂ ਅੰਦਰ ਪੈ ਗਿਆ ਸੀਮਾ ਦਾ ਪਿਆਰ ਪੁੰਨਿਆਂ ਦੇ ਚੰਨ ਨੂੰ ਚੜਾਉਣ ਵਾਲਾ ਅਰਗੇ ਅੱਗ ਦੇ ਘੁੱਟ ਨੇ ਮੇਰੀ ਛੂਨੇ ਤਾਰ ਲਿਆ ਆਪਣੇ ਸ਼ੂਕ ਦੇ ਵੇਗ ਚ ਮਗੀ ਪਖੀ ਤੇ ਢਲ ਗਈ ਜਿਵੇਂ ਮੈਂ ਚਾਇਆ ਸੀਮਾ ਸਾਰਿਆਂ ਤੋਂ ਉੱਚੀ ਅਸੀ ਮਣੀ ਵਾਂਗ ਜਗਦੀ ਵੀ ਜਗਾਉਂਦੀ ਸ਼ਾਮੀ ਸੀਮਾ ਨੇ ਆਜ ਗਾਇਆ ਕੁੱਟਕੇ ਗਲੇ ਲਗਾਇਆ ਮੈਨੂੰ ਉਹ ਕੁਝ ਉਖੜੀ ਉਖੜੀ ਚਮੀ ਚਮੀ ਕੁੱਟੀ ਕੁਪੱਟੀ ਜੀ ਲੱਗੀ ਪਹਿਲਾਂ ਤੋਂ ਪਤਲੀ ਪਰ ਲਿੱਸੀ ਲਿੱਸੀ ਨੈਣ ਗੁਸੈਲ ਤੇ ਲਾਲ ਕਾਰ ਦੀਆਂ ਚਾਬੀਆਂ ਸੁੱਟ ਕੇ ਮੇਜ਼ ਤੇ ਮੈਨੂੰ ਬਾਹੋਂ ਫੜ ਕੇ ਬੈੱਡਰੂਮ ਚ ਲੈ ਗਈ ਸੀਮਾ ਉਦਾਸ ਲੱਗਣੀ ਹੈ ਪਿੱਛੋਂ ਠੀਕ ਰਿਆ ਨਾ ਮੈਂ ਫਿਕਰ ਪ੍ਰਗਟ ਕੀਤਾ ਯਾਰ ਖਾਣ ਠੀਕ ਹੈ ਖਾਕ ਠੀਕ ਹੈ ਸੋਚਦੀ ਸੀ ਤੇਰੇ ਆਉਣ ਤੱਕ ਸਭ ਪ੍ਰਬੰਧ ਕਰ ਲਵਾਂ ਇਹ ਖਾਨ ਭਰਾ ਨਹੀਂ ਮੇਰਾ ਦੁਸ਼ਮਣ ਹੈ ਦੁਸ਼ਮਣ ਵੈਰੀ ਸਭ ਰਾਮ ਮੱਲੀ ਬੈਠਾ ਜ਼ਮੀਨ ਤਾਂ ਮੈਂ ਵੇਚ ਹੀ ਦੇਣੀ ਐ। ਬਾਕੀ ਪ੍ਰਾਪਰਟੀ ਵੀ ਛੱਡ ਦੇਣੀ ਐ ਇਸ ਪਾਪੀ ਵਾਸਤੇ। ਹਾਂ ਸੱਚ ਇਨੀ ਦੇਰ ਨਾਲ ਕਿਉਂ ਆਇਆ? ਉਹ ਕੱਪੜੇ ਚੇਂਜ ਕਰਨ ਲੱਗ ਪਈ। ਮਾਂ ਜੀ ਨੂੰ ਦਾਖਲ ਕਰਾਉਣਾ ਪਿਆ ਹਸਪਤਾਲ ਇਸੇ ਕਰਕੇ ਲੇਟ ਹੋ ਗਿਆ। ਯਾ ਖੁਦਾ ਰਹਿਮਤ ਕਰੇ। ਉਦੋਂ ਵੀ ਖੰਗਦੇ ਰਹਿੰਦੇ ਸੀ ਕੋਈ ਮੁਸ਼ਕਲ ਤੰਗੀ ਤੰਨ ਨਹੀਂ ਨਾ। ਕੋਈ ਆਰਥਿਕ ਪ੍ਰੋਬਲਮ ਹੋ ਫਿਕਰਮੰਦ ਹੋ ਗਈ। ਸਭ ਠੀਕ ਆ ਮੈਨੂੰ ਬੜੀ ਚਿੰਤਾ ਰਹੀ ਤੇਰੀ। ਗਫੂਰ ਇਧਰੋਂ ਪਾਰ ਗਿਆ ਤਾਂ ਕਿਤੇ ਫਿਕਰ ਮੁੱਕਾ। ਨੋ ਪ੍ਰੋਬਲਮ। ਮੈਂ ਕਿਸੇ ਤਰ੍ਹਾਂ ਕਰ ਲਾਂਗੀ ਠੀਕ ਨੋ ਟੈਨਸ਼ਨ ਇਹ ਖਾਨ ਸਮਝਦਾ ਕੀ ਆਪਣੇ ਆਪ ਨੂੰ ਦੇ ਕੇ ਤਾਂ ਅੱਬਾ ਜੀ ਗਏ ਆ ਮੈਨੂੰ ਸਾਰੀ ਜਾਇਦਾਦ ਸੀਮਾ ਦੇ ਬੋਲ ਉਦਾਸ ਤੇ ਭਰੇ ਸਨ ਗੁੱਸੇ ਨਾਲ ਐਵੇਂ ਨਾ ਸੋਚ ਬਤਾ ਮੈਂ ਕਿਤੇ ਨਹੀਂ ਭੱਜ ਚਲਿਆ ਖੁਦਾ ਨੇ ਚਾਇਆ ਤਾਂ ਇਕੱਠੇ ਜੀਆ ਮਰਾਂਗੇ ਚੱਲ ਹੱਸ ਹੁਣ ਮੈਂ ਵੱਖੇ ਚ ਕੁਦਕੁਤਾੜੀ ਕੱਢੀ ਕਮੀਜ਼ ਪਾਉਣ ਲੱਗੀ ਨੇ ਮੂੰਹ ਕੰਧ ਵੱਲ ਫੇਰ ਲਿਆ ਮੈਂ ਥੋੜਾ ਮੁਸਕਰਾ ਕੇ ਕਿਹਾ ਸੀਮਾ ਮੇਰੇ ਕੋਲੋਂ ਕਾਹਦਾ ਉਲਾ ਉਹ ਬੜਾ ਗੰਭੀਰ ਹੋ ਕੇ ਬੋਲੀ ਔਰਤ ਜੋ ਉਹਨੇ ਰਿਚ ਕਰ ਲੈਂਦੀ ਹੈ ਚਾਨਣ ਚ ਨਹੀਂ ਕਰ ਸਕਦੇ ਉਹਦਾ 20ਵਾਂ ਹਿੱਸਾ ਵੀ ਚਾਨਣ ਚ ਜਿਸ ਕੰਮ ਦੀ ਭੰਡੀ ਉਹੀ ਕਰ ਲਓ ਨੇਰੇ ਚ ਤੇ ਐਬ ਨਾ ਕੋਈ ਗੁਨਾਹ ਯੂਰਪੀ ਕੰਟਰੀਆਂ ਚ ਇੰਜ ਨਹੀਂ ਹੈਗਾ ਉਹ ਇਕੱਠੇ ਨੰਗੇ ਨਹਾਉਂਦੇ ਨੇ ਧੁੱਪ ਸੇਕਦੇ ਨੇ ਪਰ ਸਾਡੇ ਪਛੜੇ ਸਮਾਜ ਨੇ ਔਰਤ ਨੂੰ ਬਣਾਈ ਐਸਾ ਦਿੱਤਾ ਉਹ ਹਾ ਰੰਗ ਲੁਕਾਉਂਦੀ ਹੈ ਜੋ ਵੇਖਣ ਯੋਗ ਹੈ ਜਿਨ੍ਹਾਂ ਨੂੰ ਵੇਖ ਕੇ ਖੁਸ਼ੀ ਮਿਲਦੀ ਹੈ ਵੇਖਿਆਂ ਕੁਝ ਨਹੀਂ ਘਟ ਜਾਂਦਾ ਔਰਤ ਹੈ ਕਿ ਨਹੀਂ ਉਹ ਇੱਕ ਝਟਕੇ ਵਾਂਗ ਹੋ ਗਈ ਮੇਰੇ ਸਾਹਮਣੇ ਹੱਸ ਕੇ ਕਹਿੰਦੀ ਲੈ ਉਨੇ ਮੇਰੇ ਹੱਥ ਚੁੰਮੇ ਫਿਰ ਸਾਰੇ ਅੰਗ ਵਾਰੀ ਵਾਰੀ ਗੱਲ ਲਾ ਕੇ ਲੰਮਾ ਸਮਾਂ ਭਰਦੇ ਰਹੂ ਬੇਸਾ ਗਰਮ ਤੇ ਤਤੇ ਤਤੇ ਮੈਂ 1971 ਬਤਰਦੀ ਲੜਾਈ ਵੇਲੇ ਵੇਖੇ ਜੋ ਪਿੰਡ ਉਹਨਾਂ ਦਾ ਵੀ ਚੱਕਰ ਮਾਰਿਆ ਚੰਦ ਚੌਧਰੀ ਨੇ ਕੀਤਾ ਸਾਰਾ ਪ੍ਰਬੰਧ ਉਹ ਪਿੰਡ ਜਿਨ੍ਹਾਂ ਨੇ ਸਾਡੇ ਲੋਕਾਂ ਨੇ ਕਰਤਾ ਹੁੰਦਾ ਬੁਰੀ ਤਰ੍ਹਾਂ ਬਰਬਾਦ ਤਬਾਹ ਫੂਕ ਦਿੱਤੇ ਹੁੰਦੇ ਘਰ ਤੇ ਹਵੇਲੀਆਂ ਕਰ ਲੈ ਹੋਏ ਲੋਕਾਂ ਫੇਰ ਆਬਾਦ ਗਰੀਬ ਕਿਸਾਨਾਂ ਨੰਗ ਮਜ਼ਦੂਰਾ ਤੇ ਆਮ ਲੋਕਾਂ ਚ ਲੱਗ ਪਈ ਹੁੰਦੀ ਧੜਕਣ ਫੇਰ ਜ਼ਿੰਦਗੀ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਖੱਬਲ ਵਾਂਗ ਪ੍ਰਾਰਥਿਕ ਬੜੀ ਪਤਲੀ ਤੇ ਨਿਗਰੀ ਹੋਈ ਮਹਿਸੂਸ ਹੋਈ। ਖਾਨ ਨੂੰ ਕੁਝ ਹੋਰ ਵੀ ਉਲਝ ਗਿਆ। ਅੰਨਾ ਪੈਸਾ ਰੋਲਣ ਲੱਗ ਪਿਆ ਹਥਿਆਰਾਂ ਦੀ ਬਲੈਕ ਚ। ਮੈਨੂੰ ਤੇ ਸੀਮਾ ਨੂੰ ਹੋ ਗਈ ਹੋਰ ਵੀ ਖੁੱਲ੍ਹ ਆਜ਼ਾਦੀ। ਇਸ ਵਾਰ 10-12 ਦਿਨ ਰਿਹਾ ਮਹਿਸੂਸ ਕੀਤਾ ਖਾਨ ਦੇ ਸਾਹਮਣੇ। ਸੀਮਾ ਕੁਝ ਜ਼ਿਆਦਾ ਹੀ ਖੁੱਲ ਜਾਂਦੀ ਮੇਰੇ ਨਾਲ। ਅਥਰ ਪੁਣਾ ਕਰਦੀ ਟੁਕ ਟੁਕ ਨੇੜੇ ਬੰਦੀ ਬਗੈਰ ਕਿਸੇ ਕੰਮਕਾਰ ਤੋਂ ਲਈ ਫਿਰਦੀ ਕਾਰ ਚ ਬਿਠਾ ਕੇ ਇਹ ਸਭ ਕਰਦੀ ਖਾਨ ਨੂੰ ਸਾੜਨ ਲਈ ਉਹਦੀ ਰੂਹ ਜ਼ਖਮੀ ਕਰਨ ਲਈ ਇੱਕ ਦਿਨ ਕਹਿ ਦਿੱਤਾ ਮੈਂ ਸਿਮਾਈ ਚੱਲ ਪੁਣਾ ਕਿਉ ਉਹ ਤਾਂ ਗਲ ਪੈ ਗਈ ਮੇਰੀ ਘੂਰੀਆਂ ਕੱਢੇ ਬੁੱਲ ਟੇਰੇ ਕਹਿੰਦੀ ਇਸ ਖਾਨ ਨੂੰ ਬਣਾਉ ਬੰਦੇ ਦਾ ਪੁੱਤ ਇਹਨੇ ਮੇਰਾ ਪ੍ਰੇਮੀ ਕਤਲ ਕਰਵਾਇਆ ਹੈ ਮੇਰਾ ਰਿਸ਼ਤਾ ਜ਼ਬਰੀ ਕੀਤਾ ਹੈ ਇਹ ਭਰਾ ਨਹੀਂ ਰਿਹਾ ਸ਼ਰੀਕ ਬਣ ਗਿਆ ਮੈਂ ਕਿਹਾ ਜੇ ਹੁਣ ਮੈਨੂੰ ਨਿਸ਼ਾਨਾ ਬਣਾ ਲਿਆ ਫੇਰ ਉਹ ਕੰਬਣ ਲੱਗੀ ਗੁੱਸੇ ਨਾਲ ਕਹਿੰਦੀ ਆ ਵੇਖ ਸੀਟੇ ਢੋਂ ਕੱਢ ਕੇ ਰਵਾਲਵਰ ਵਿਖਾਉਂਦੇ ਆ ਤੇਰੇ ਮਲ ਕਰਕੇ ਵੇਖੇ ਉਂਗਲ ਵੀ ਹੁਣ ਮੈਂ ਸ਼ੂਟ ਹੀ ਕਰੂੰ ਇਹਨੂੰ ਹਰਾਮੀ ਪਾਗਲ ਤਸਕਰ ਖੂਨ ਉਤਰ ਆਇਆ ਉਹਦੇ ਨੈਣਾ ਚ ਮੈਂ ਚੁੱਪ ਰਹਿਣਾ ਹੀ ਚੰਗਾ ਸਮਝਿਆ ਰਿੱਜ ਕਰਿੱਜਕ ਹੋ ਗਈ ਆਪਣੀ ਠੰਡੀ ਸੀਮਾ ਨੇ ਆਪਣੇ ਪਸੰਦ ਦੇ ਕੱਪੜੇ ਹੋਰ ਚੀਜ਼ਾਂ ਖਰੀਦ ਦਿੱਤੀਆਂ ਇੱਕ ਸਟੂਡੀਓ ਚ ਅਸੀਂ ਫੋਟੋ ਖਿੱਚਵਾਈ ਪਹਿਲਾਂ ਵੀ ਕਈ ਵਾਰ ਲੁਹਾਈਆਂ ਇਹਸ ਵਾਰ ਮੇਰੇ ਗਲ ਚ ਪਾ ਕੇ ਬਹਾਵਾਂ ਖਿੱਚਵਾਈ ਬੜੇ ਮਾਨ ਤੇ ਮੁਹੱਬਤ ਨਾਲ ਜਲਦੀ ਕਾਰਚ ਮੈਨੂੰ ਅੱਖ ਮਾਰ ਕੇ ਪੁੱਛਿਆ ਸਰਦਾਰ ਜੀ ਕੁਝ ਹੋਰ ਤਾਂ ਨਹੀਂ ਚਾਹੀਦਾ ਉਹ ਦੱਸ ਜੀ ਮੈਂ ਹੱਸ ਕੇ ਕਿਹਾ ਮੈਨੂੰ ਤਾਂ ਸਿਰਫ ਸੀਮਾ ਚਾਹੀਦੀ ਐ ਸਿਰਫ ਸੀਮਾ ਸੀਮਾ ਸਦਾ ਤੇਰੀ ਰहूं ਬੇਫਿਕਰ ਰਿਹਾ ਕਰ ਵਿਛੜ ਵੀ ਗਏ ਤਾਂ ਵੀ ਤੇਰੀ ਰहूं ਅਥਰੂਆਂ ਦੀ ਹੋਣ ਲੱਗੇ ਬਰਸਾਤ ਪਰ ਅਥਰੂ ਦੋਸਤ ਨਹੀਂ ਸਨ ਜੋ ਨਾਲ ਨਿਭਦੇ ਅਥਰੂ ਤਾਂ ਮਤਲਬ ਦੇ ਪ੍ਰਾਣੇ ਹੁੰਦੇ ਨੇ ਰੋਈਦਾ ਨਹੀਂ ਘੂਰ ਕੇ ਮੈਂ ਚੁੱਪ ਕਰਾਇਆ ਤੇ ਗੱਲਾਂ ਬਾਤਾਂ ਕਰਦੇ ਅਸੀਂ ਘਰ ਆ ਗਏ ਦੁਪਹਿਰ ਦੀ ਰੋਟੀ ਖਾ ਕੇ ਗੈਸਟ ਰੂਮ 'ਚ ਜਾ ਬੈਠੇ ਅਸੀਂ ਦੋਵੇਂ ਬੜੇ ਗਮਗੀਨ ਸਾਂ ਬੇਵਸੀ ਦੇ ਹੌਕੇ ਪਰਦੇ ਮੈਂ ਬਾਹਵਲਾ ਕੇ ਆਪਣੇ ਨਾਲ ਘੁੱਟਦਿਆਂ ਚੁੱਪ ਥੋੜੀ ਸੀਮਾ ਮੌਤ ਦੇ ਆਰ ਪਾਰ ਦੇ ਪਿਆਰ ਦਾ ਸਮਾਂ ਨਿਸ਼ਚਿਤ ਨਹੀਂ ਹੁੰਦਾ ਹੋ ਸਕਦਾ ਆਵਾਂ ਹੋ ਸਕਦਾ ਕਦੇ ਨਾ ਵੀ ਆਵਾਂ ਜਿੰਨਾ ਵੀ ਮਿਲਿਆ ਅਸੀਂ ਭਾਵੇਂ ਕਾਫੀ ਨਹੀਂ ਪਰ ਇੱਕ ਇਤਿਹਾਸ ਸਿਰਜਿਆ ਅਸੀਂ ਇਹ ਕੋਈ ਘਟ ਮਾਣ ਵਾਲੀ ਗੱਲ ਨਹੀਂ ਹੈਗੀ ਤੂੰ ਖੁਸ਼ ਹੋ ਮੈਂ ਉਹਦੇ ਬੁੱਲ ਮਲੇ ਪੋਟਿਆਂ ਨਾਲ ਭੁੱਲ ਤਾਂ ਨਹੀਂ ਜਾਏਗਾ ਨਾ ਵੀ ਆਇਆ ਤੇਰਾ ਪਿਆਰ ਸਦਾ ਸਲਾਮਤ ਰਹੇਗਾ ਮਰਦੇ ਦਮ ਤੱਕ ਤੂੰ ਮੇਰੇ ਸਾਹਾਂ 'ਚ ਸੁਗੰਧੀ ਵਾਂਗ ਵਸਦਾ ਰਹੇਂਗਾ ਨਿਕਾਹ ਹੋ ਵੀ ਗਿਆ ਬਾਜਵੇਂ ਨਾਲ ਰਹਾਂਗੀ ਮੈਂ ਤੇਰੀ ਸਰੀਰ ਕੋਈ ਚੀਜ਼ ਨਹੀਂ ਹੁੰਦਾ ਗੱਲ ਤਾਂ ਰੂਹ ਦੀ ਐ ਰੂਹ ਬਿਨਾਂ লাশ ਹੁੰਦਾ ਜਿਸਮ ਵਿਛੜਾਂਗੇ ਤਾਂ ਵੇਖਾਂਗੇ ਅਜੇ ਤਾਂ ਮੈਂ ਆਇਆ ਕਰਾਂਗਾ ਦਿਲ 'ਚ ਵਸੀ ਤੇਰੇ ਵਰਗੀ ਹੋਰ ਨੂੰ ਕੌਣ ਕੱਢ ਸਕਦਾ ਦਿਮਾਗ 'ਚੋਂ ਬਾਹਰ ਐਵੇਂ ਨਹੀਂ ਕਰੀ ਦੀਆਂ ਗੱਲਾਂ ਕੱਚੀਆਂ ਮਿਲਾਂਗੇ ਰੱਬ ਚਾਏ ਅਸਾਲਾਂ ਦੇ ਸਾਲ ਮਿਲਾਂਗੇ ਤੂੰ ਘਬਰਾ ਨਾ ਮੈਂ ਉਹਦਾ ਸਿਰ ਘੁੱਟ ਲਿਆ ਸੀਮਾ ਨਿਰਾਸਤਾ ਦੇ ਬੁਰਕੇ ਚੋਂ ਬਾਹਰ ਨਿਕਲੀ ਮੇਰਾ ਚਿਹਰਾ ਚੁੰਮਿਆ ਤੋਰ ਦਿੱਤਾ ਮੇਰੀ ਮੰਜ਼ਿਲ ਵੱਲ ਬੜੇ ਸ਼ਗਲਾਂ ਨਾਲ ਅੱਲਾਹ ਤਾਲਾ ਅੱਗੇ ਹੱਥ ਜੋੜ ਕੇ ਪਾ ਕੇ ਗਲ ਵਕੜੀ ਘੁੱਟ ਕੇ ਮੂੰਹ ਮੱਥਾ ਚੁੰਮ ਕੇ ਸ਼ਾਮ ਵੇਲੇ ਮੈਂ ਪੂਜਾ ਗੁਫੂਰ ਦੇ ਘਰ ਗੁਫੂਰ ਵੀ ਆਇਆ ਹੋਇਆ ਨਾਰੋ ਵਾਲੋਂ ਪਿੰਡ ਆਪਣੇ ਘਰ ਅੱਗੇ ਪਾਰ ਜਾਣ ਲਈ ਬੈਠੇ ਹੋਏ ਸਿੰਦੀ ਸੋਖਾ ਤਾਰੀ ਤੇ ਜਿੰਤੇ ਜਿੰਦਾ ਵੀ ਮੈਂ ਸੋਚਿਆ ਚਲੋ ਸਾਥ ਬਣ ਕੇ ਇਕੱਠੇ ਪਾਰ ਚਲੇ ਜਾਵਾਂਗੇ ਉਹ ਮੈਂ ਦਿਲੋਂ ਨਹੀਂ ਚਾਹੁੰਦਾ ਹੁੰਦਾ ਕਿਸੇ ਨਾਲ ਕ੍ਰਾਸ ਕਰਨਾ ਅਚਾਨਕ ਪਾਕਿਸਤਾਨੀ ਪੁਲਿਸ ਦਾ ਪੈ ਗਿਆ ਛਾਪਾ ਹੋਰ 2 ਘੰਟਿਆਂ ਨੂੰ ਬੇੜੀ ਰਾਈ ਪਾਰ ਜਾਣ ਲਈ ਤਿਆਰ ਬੈਠੇ ਹੋਏ ਬਸ ਭਾਣਾ ਵਰਤ ਗਿਆ ਰਾਤੀ ਖਾਓ ਪੀਓ ਵੇਲੇ ਤੋਂ ਪਿੱਛੋਂ ਸਾਰੇ ਪਤਨ ਤੇ ਬੇੜੀ ਕੋਲ ਬੈਠ ਗਏ ਮਿੱਠੀ ਸਕੀਮ ਉਹ ਜੇ ਬੇੜੀ ਨੂੰ ਵੰਜ ਲਾਉਣ ਸਲੇਮ ਨੇ اٹੱਕ ਕੇ ਆਉਣਾ ਸੀ ਮੈਂ ਤੇ ਛਿੰਦਾ ਦਰਬਾਰ ਸਾਹਿਬ ਮੱਥਾ ਟੇਕਣ ਚਲੇ ਗਏ ਪਿੱਛੋਂ ਆਪਣੀ ਆਦਤ ਤੋਂ ਮਜਬੂਰ ਤੇ ਬਹੁਤ ਵਕਤ ਕੱਟੇ ਕਰਨ ਲਈ ਸੋਖੇ ਨੇ ਸਿਗਰਟ ਸੁਲਗਾ ਲਈ ਵੇਸਲੇ ਜੱਟ ਬਾਰਡਰ ਦੀ ਭਿਆਨਕਤਾ ਨੂੰ ਭੁੱਲ ਗਿਆ ਸੈਜ ਭਾਈ ਬੜੀ ਗੰਭੀਰ ਗਲਤੀ ਕਰ ਗਿਆ ਜ ਜਿਹਦੀ ਸਾਨੂੰ ਸਾਰਿਆਂ ਨੂੰ ਖਾਸ ਕਰਕੇ ਮੈਨੂੰ ਬੜੀ ਕਠੋਰ ਸਜ਼ਾ ਭੁਗਤਣੀ ਪਈ ਬੜੇ ਕਹਿਰੀ ਤੇ ਤੂਫਾਨੀ ਹਾਲਾਤੋਂ ਗੁਜ਼ਰਨਾ ਪਿਆ ਜੋ ਜ਼ਿੰਦਗੀ ਦਾ ਯਾਦਗਾਰੀ ਕਿੱਸਾ ਹੋ ਨਿਪੜਿਆ ਕਿਸੇ ਹੋਰ ਮੁਰਜ਼ਰਮ ਦੀ ਭਾਲ ਕਰਦੀ ਪੁਲਿਸ ਨੇ ਅਚਾਨਕ ਦੂਰੋਂ ਲੋ ਵੇਖ ਕੇ ਸ਼ੱਕ ਕਰ ਲਿਆ ਉਹ ਸਿੱਧੇ ਪਤਨ ਤੇ ਪੁੱਜੇ ਸੱਚ ਲਾਈਟਾਂ ਨਾਲ ਉਹਨਾਂ ਜਿੰਦੇ ਤੇ ਤਾਰੀ ਨੂੰ ਵੇਖ ਲਿਆ ਲਲਕਾਰਾ ਮਾਰਿਆ ਗੋਲੀ ਮਾਰ ਦੇਣ ਦਾ ਡਰਾਵਾ ਦਿੱਤਾ ਪੁਰਾਣਾ ਖੁੰਡ ਸੋਖਾ ਦਾ ਲਾ ਕੇ ਦੌੜ ਗਿਆ जिंदे ਤੇ ਤਾਰੀ ਨੂੰਣਾ ਕਾਬੂ ਕਰ ਲਿਆ ਲੱਖ ਦੇੜ ਗੇੜ ਮਾਲਵੀ ਬ੍ਰਾਹਮਣਤ ਹੋ ਗਿਆ ਅਚਾਨਕ ਚੀਕਾਂ ਪੁਕਾਰਾਂ ਗੰਦੀਆਂ ਗਾਲਾਂ ਮੈਂ ਤੇ ਸ਼ਿੰਦਾ ਦਰਬਾਰ ਦੇ ਵੇੜੇ ਖੜੇ ਤਰਹਿ ਗਏ ਡਰ ਨਾਲ ਸਾਡੇ ਦਿਲ ਬੇਕਾਬੂ ਹੋ ਗਏ ਤਕ ਤਕ ਕਰਦੇ ਸੀਨੇ ਕੁਝ ਸਮਝ ਨਾ ਆਵੇ ਅਸੀਂ ਫੁਰਤੀ ਨਾਲ ਦੌੜ ਕੇ ਦੱਖਣੀ ਬਾਹੀ ਵੱਲ ਦੇ ਸੰਗਣੇ ਬੇਲੇ 'ਚ ਜਾ ਲੁਕੇ ਸਾਹ ਘੁੱਟੇ ਕੰਨ ਬਿੜਕਾਂ ਲੈਣ ਲੱਗੇ ਆਵਾਜ਼ ਸੁਣਨ ਦੀ ਕੋਸ਼ਿਸ਼ ਕਰੀਏ ਛੇਤੀ ਜੀਪ ਦੇ ਚੱਲਣ ਦੀ ਆਵਾਜ਼ ਸੁਣੀ ਅਗਲੇ ਪਲ ਗਫੂਰ ਦੇ ਘਰੋਂ ਉੱਚੀਆਂ ਆਵਾਜ਼ਾਂ ਆਉਣ ਲੱਗੀਆਂ ਜਿਵੇਂ ਕੋਈ ਲੜ ਝਗੜ ਰਿਹਾ ਹੋਵੇ ਜੀਪ ਫਿਰ ਦੁੱਧੇ ਪਿੰਡ ਨੂੰ ਚਲੀ ਗਈ ਬੁਰੇ ਫਸੇ ਕਿਸੇ ਵੇਲੇ ਕੁਛ ਵੀ ਮਾੜਾ ਵਾਪਰ ਜਾਣ ਦਾ ਤੋਕਲਾ ਵੱਡ ਵੱਡ ਖਾਣ ਲੱਗਾ ਡਰ ਦੇ ਬੇਲੇ ਚੋਂ ਬਾਹਰ ਨਾ ਨਿਕਲੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਉਂਦੇ ਰਹੇ ਕਰੀਬ ਅੱਧੇ ਘੰਟੇ ਪਿਛੋਂ ਕਿਸੇ ਨੇ ਬੈਠਵੀਂ ਦੀ ਆਵਾਜ਼ ਮਾਰੀ ਅਸੀਂ ਸਹਮੀ ਹੋਏ ਸਰਕੜੇ ਚੋਂ ਬਾਹਰ ਆਏ ਅੱਗੇ ਗਫੂਰ ਸੀ ਸਾਰੇ ਚੁੱਪਚਾਪ ਕਰ ਚਲੇ ਗਏ ਪੁਲਿਸ ਵਾਲੇ ਜਿੰਦੇ ਤੇ ਤਾਰੀ ਨੂੰ ਮਾਲ ਸਮੇਤ ਨਾਰੋਵਾਲ ਥਾਣੇ ਲੈ ਗਏ ਹੋਏ ਮੈਂ ਤੇ ਸ਼ਿੰਦਾ ਮੱਥਾ ਟੇਕਣ ਗਏ ਬਚ ਗਏ ਸੋਖਾ ਵੀ ਹਫਿਆ ਬੇਲੇ ਚੋਂ ਆ ਗਿਆ ਕੁਫੂਰ ਇੱਕਦਮ ਬਹੁਤ ਉਦਾਸ ਤੇ ਬੇਚੈਨ ਹੋ ਗਿਆ ਸਾਰੇ ਸੋਚੀ ਪੈ ਗਏ ਹੁਣ ਕੀ ਕੀਤਾ ਜਾਏ ਬਾਕੀ ਟੱਬਰ ਤਾਂ ਸੌਂ ਗਿਆ ਬੇਬੇ ਤੇ ਬਾਬਾ ਸਾਡੇ ਕੋਲ ਬੈਠੇ ਹੌਸਲਾ ਦਿੰਦੇ ਰਹੇ ਫੜੇ ਗਏ ਦੋਵੇਂ ਮੁੰਡੇ ਅਲੂਆਂ ਛੋਕਰੇ ਕੁੱਟਿਆ ਮਾਰਿਆ ਸਭ ਕੁਝ ਬੱਕ ਦੇਣ ਵਾਲੇ ਸਾਰੇ ਪੱਖ ਸੋਚ ਵਿਚਾਰ ਕੇ ਪੂਰੀ ਅਧੀ ਰਾਤ ਨਾਰੋਵਾਲ ਨੂੰ ਤੁਰ ਪਿਆ ਕਾਮ ਤੇ ਹੋਰ ਯਾਰਾਂ ਨੂੰ ਲੈ ਕੇ ਕੋਈ ਸਬੀਲ ਘੜਨ ਕੋਈ ਸਫਾਰਿਸ਼ ਲੱਭਣ ਸੋਖਾ ਉੱਥੇ ਹੀ ਠਹਿਰ ਗਿਆ ਗਫੂਰ ਦੇ ਕਹਿਣ ਤੇ ਮੈਂ ਤੇ ਛਿੰਦਾ ਕਾਗ ਬਲੈਕਰ ਫਜ਼ਲਦੀਨ ਦੇ ਪਿੰਡ ਨੂੰ ਹੋਤਰੇ ਗਰਮੀ ਤੇ ਹਮਸ ਵੱਧ ਗਿਆ ਅਸਮਾਨ 'ਚ ਗਾੜੇ ਬੱਦਲ ਛਾ ਗਏ ਗਰਜਦੇ ਤੇ ਭੂਬਾ ਮਾਰਦੇ ਬਿਜਲੀ ਦੀਆਂ ਛਮਕਾਂ ਬਦਲੀਆਂ ਤੇ ਨਾਜ਼ੁਕ ਫੰਡਿਆਂ ਤੇ ਵੱਜਦੀਆਂ ਚੰਗਿਆੜੇ ਫੁੱਟ ਦੇ ਗੜਗੜਾहट ਪੈਦਾ ਹੁੰਦੀ ਦਿਨਾਂ ਵਾਂਗ ਰਾਤਾਂ ਦੀ ਵੀ ਇੱਕ ਵਿਲੱਖਣ ਤੇ ਨਵੇਕਲੀ ਸੁੰਦਰਤਾ ਹੁੰਦੀ ਹੈ। ਸੋਹੱਪਣ ਮੁਟਿਆਰ ਹੋਰੀ ਕੁੜੀ ਦੀ ਸੁੰਦਰਤਾ ਵਾਂਗ ਸਮੇਂ ਤੇ ਸਥਾਨ ਅਨੁਸਾਰ ਬਦਲਦਾ ਰਹਿੰਦਾ ਹੈ। ਮੌਸਮਾਂ ਦਾ ਚੰਗਾ ਜਾਂ ਬੁਰਾ ਲੱਗਣਾ ਮਨੁੱਖੀ ਸੁਭਾਅ ਦੀ ਸਥਿਤੀ ਤੇ ਨਿਰਭਰ ਕਰਦਾ ਹੈ। ਜੇ ਮਾਨਸਿਕ ਜਾਂ ਆਤਮਿਕ ਸ਼ਾਂਤੀ ਤਾਂ ਨਹੀਂ ਤਾਂ ਬਸੰਤ ਤਾਂ ਮਹਿਕਾ ਲਦਿਆ ਮੌਸਮ ਵੀ ਬੇਰੰਗ ਤੇ ਉਜਾੜ ਜਾਪਦਾ ਹੈ। ਦਰਬਾਰ ਸਾਹਿਬ ਲੰਘਦਿਆਂ ਹੀ ਬਾਰਿਸ਼ ਸ਼ੁਰੂ ਹੋ ਗਈ। ਰੇਤ ਚ ਹੌਲੀ-ਹੌਲੀ ਤੁਰਿਆ ਜਾਵੇ। ਇੱਕ ਟਿੱਬੇ ਨੂੰ ਪਾਰ ਕਰਦਿਆਂ ਖੱਟੀ-ਮਿੱਠੀ ਮਹਿਕ ਨੇ ਨੱਕ ਨੂੰ ਤਿੱਖੀ ਜਲੂਨ ਛੇੜੀ ਗੋਲ ਕੱਦੂ ਜੇ ਪੈਰਾਂ ਨੂੰ ਵੱਜਣ ਛਿੰਦੇ ਨੇ ਦੱਸਿਆ ਵੀ ਫੁੱਟਾ ਨੇ ਮੈਂ ਪੈਰ ਦੱਬ ਲਿਆ ਚਮਕ ਤੇ ਕੁਝ ਨੀਵੇਂ ਲੱਕ ਹੋ ਕੇ ਸੁੰਘਦਿਆਂ ਪੰਜ ਸੱਤ ਫੁੱਟਾਂ ਤੋੜੀਆਂ ਆਰਾਮ ਨਾਲ ਬੈਠ ਕੇ ਖਾਣ ਲੱਗੇ ਜਿਵੇਂ ਪਿੰਡ ਦੀ ਰੋਹੀ ਚ ਬੈਠੇ ਹੋਈਏ ਸੰਘਣੇ ਗਾੜੇ ਨੇਰੇ ਨੂੰ ਬਿਜਲੀ ਦੀਆਂ ਲਾਸ਼ਾਂ ਚੀਰਦਿਆਂ ਆਸੇ ਪਾਸੇ ਦੀਆਂ ਚੀਜ਼ਾਂ ਲਿਸ਼ਕਾਰੇ ਵਾਂਗ ਦਿਸਦੀਆਂ ਤੇ ਬਸ ਕਹਿਰਾਂ ਦੀ ਭੁੱਖ ਲੱਗੀ ਹੋਈ ਨਿੱਕੀਆਂ ਨਿੱਕੀਆਂ ਕਣੀਆਂ ਫੁੱਟਾਂ ਦੇ ਟੁਕੜਿਆਂ ਤੇ ਪੈਣ ਕਿੰਨਾ ਚਿਰ ਖਾਂਦੇ ਭਿਜਦੇ ਰਹੇ ਪਲ ਦੇ ਪਲ ਹੋਏ ਬੀਤੇ ਨੂੰ ਭੁੱਲ ਗਏ ਦੋ ਵਿਦੇਸ਼ੀ ਬਿ ਲੈ ਕੇ ਆਂਦਾ ਰੰਗੇ ਹੱਥ ਫੜੀ ਜਾਣਾ ਕੋਈ ਮਾਮੂਲੀ ਘਟਨਾ ਨਹੀਂ ਸੀ ਰੋਟੀ ਕੇ ਨੂੰ ਸੁਝਦੀ ਪੱਟ ਪੱਟ ਪਾਣੀ ਤੇ ਚਿੱਕੜ ਗਾਰੇ ਨੂੰ ਲਤਾੜਦੇ ਹੋਏ ਕਿਤੇ ਅੱਧੀ ਰਾਤੀ ਬਾਬੇ ਫਜ਼ਲਦੀਨ ਦੇ ਘਰ ਨੇੜੇ ਪੁੱਜੇ ਹੁਣ ਮੈਨੂੰ ਇਸ ਪਿੰਡ ਦਾ ਨਾਮ ਭੁੱਲ ਗਿਆ ਕਰਤਾਰਪੁਰ ਤੋਂ ਪਹਾੜੀ ਪਾਸੇ ਐਂ ਦਰਿਆ ਦੇ ਕੰਢੇ ਤੇ ਸੀ ਆਸੇ ਪਾਸੇ ਦੀ ਬਿੜਕ ਲੈ ਕੇ ਛਿੰਦੇ ਨੇ ਹੌਲੀ ਜੀ ਲੱਕੜ ਦਾ ਫਟ ਖੜਕਾਇਆ ਬਾਰਿਸ਼ ਰਤਾ ਥਮੀ ਹੋਈ ਕਾਫੀ ਦੇਰ ਪਿਛੋਂ ਅੰਦਰੋਂ ਕਿਸੇ ਦੀ ਆਵਾਜ਼ ਆਈ ਲੈਲਟਨ ਜਗੀ ਦਰਵਾਜ਼ਾ ਖੁੱਲ ਗਿਆ ਛਿੰਦੇ ਨੇ ਅੱਗੇ ਹੋ ਕੇ ਬਾਬੇ ਨੂੰ ਆਪਣੇ ਬਾਰੇ ਦੱਸਿਆ ਸਾਨੂੰ ਅੰਦਰ ਕਰਕੇ ਬਾਬੇ ਨੇ ਦਰਵਾਜ਼ਾ ਬੰਦ ਕਰਤਾ ਸਾਨੂੰ ਘਰ ਦੇ ਧੁਰ ਅੰਦਰ ਇੱਕ ਕਮਰੇ 'ਚ ਲੈ ਗਿਆ ਕੋਹੇ ਦੀ ਤਿੱਖੀ ਮਹਿਕ ਆਵੇ ਸਾਨੂੰ ਚਾਹ ਰੋਟੀ ਵੱਲੋਂ ਪੁੱਛਿਆ ਅਸੀਂ ਇਨਕਾਰ ਕਰਤਾ ਸ਼ਿੰਦੇ ਨੇ ਹੋਈ ਬੀਤੀ ਬਾਬੇ ਨੂੰ ਦੱਸਦੀ ਉਮਰ ਦੇ 2.5-3 ਦਹਾਕੇ ਬਲੈਕਰਾਂ ਤੇ ਪਾਕ ਭਾਰਤ ਦੀਆਂ ਜੇਲ੍ਹਾਂ 'ਚ ਰਹਿ ਚੁੱਕਾ ਬਾਬਾ ਬੜਾ ਫਿਕਰਮੰਦ ਹੋਇਆ ਉਸੇ ਵੇਲੇ ਤਿਆਰ ਹੋ ਕੇ ਨਾਰੋਵਾਲ ਨੂੰ ਚਲਾ ਗਿਆ ਪੁਲਿਸ ਨੂੰ ਗਾਲਾਂ ਕੱਢਦਾ ਟਾਊਟਾਂ ਦੇ ਮਾਵਾ ਭੈਣਾ ਇੱਕ ਕਰਦਾ ਦਿਨ ਚੜੇ ਪਿੰਡ ਨੂੰ ਪਤਾ ਲੱਗ ਜਾਣ ਦੇ ਡਰੋਂ ਅਸੀਂ ਬਾਬੇ ਦੇ ਖੇਤਾਂ ਚ ਇੰਜਣ ਵਾਲੇ ਕੋਠੇ ਤੇ ਚਲੇ ਗਏ ਮੰਜੀ ਖੇਸਵੀ ਮਿਲ ਗਿਆ ਪਰ ਨੀਂਦ ਕਿਨੂ ਆਵੇ ਕਦੇ-ਕਦਾਈਂ ਅਸੀਂ ਹੌਲੀ ਜੀ ਕੋਈ ਗੱਲ ਕਰ ਲੈਂਦੇ ਲੰਮਾ ਸਮਾਂ ਚੁੱਪ ਉਦਾਸੀ ਹੌਲੀ-ਹੌਲੀ ਸਰਕਦੀ ਰਾਤ ਦਾ ਅੰਧਕਾਰ ਖਤਮ ਹੋ ਗਿਆ ਸਵੇਰਾ ਹੋਇਆ ਦੁਪਹਿਰ ਵੀ ਢਲ ਗਈ ਦੋਵੇਂ ਗੁੱਛੂ-ਮੁੱਛੂ ਹੋ ਕੇ ਚਪਚਾਪ ਪਈ ਰਹੇ ਕਈ ਤਰ੍ਹਾਂ ਦੀਆਂ ਅਟਕਲਾ ਤੇ ਅੰਦਾਜ਼ੇ ਲਾਉਂਦੇ ਭੁੱਖ ਨਾਲ ਬੁਰਾ ਹਾਲ ਇੰਜਨ ਦੀ ਟੂਟੀ ਖੋਲ ਕੇ ਬਾਰ-ਬਾਰ ਪਾਣੀ ਪੀਂਦੇ ਸ਼ਾਮਾਂ ਤੋਂ ਪਹਿਲਾਂ ਬਾਬਾ ਆ ਗਿਆ ਸਾਡੇ ਮੂਰੇ ਰੋਟੀ ਰੱਖੀ ਖੰਘੂਰਾ ਮਾਰਿਆ ਤੇ ਬੋਲਿਆ ਚੰਗਾ ਹੋਇਆ ਮਿਲਟਰੀ ਤੇ ਕਾਬੂ ਨਹੀਂ ਆਏ ਅੱਲਾਹ ਤਾਲਾ ਮਿਹਰ ਕਰੋ ਸਾਰਾ ਥਾਣੇਦਾਰੀ ਆਕੜਿਆ ਪਿਆ ਕੋਟਾਪਾ ਚੰਗਾ ਚੜਿਆ ਮੁੰਡੇ ਉਂਝਪੋਰਾ ਨਹੀਂ ਝਰ ਕੇ ਤੁਸੀਂ ਬੇਫਿਕਰ ਹੋ ਕੇ ਰੋਟੀ ਖਾਓ ਸ਼ੇਰੋ ਸਾਨੂੰ ਰਤੀ ਕੇ ਤਸੱਲੀ ਮਿਲੀ ਖੁਸ਼ੀ ਹੋਈ ਬਚ ਕੇ ਨਿਕਲ ਜਾਣ ਦੀ ਆਸ ਵਜੇ ਬਾਬੇ ਨੇ ਕੇ ਟੂ ਦਾ ਸਿਗਰਟ ਸੁਲਗਾਇਆ ਲੰਬਾ ਕਸ਼ ਖਿੱਚਿਆ ਆਸ-ਪਾਸੇ ਤਾੜਿਆ ਤੇ ਹੌਲੀ ਦੇਣ ਕਹਿਣ ਲੱਗਾ ਪੁਲਿਸ ਨੂੰ ਤੁਹਾਡੇ ਤੇ ਸ਼ੱਕ ਹੈ ਦਰਬਾਰ ਦੇ ਏਰੀਆ 'ਚ ਕਦੇ ਵੀ ਛਾਪਾ ਪੈ ਸਕਦਾ ਹੈ ਚੁੱਪ ਕਰਕੇ ਇੱਥੇ ਹੀ ਡੜੇ ਰਹੋ ਕੋਈ ਰਾਜ਼ ਜ਼ਰੂਰ ਨਿਕਲੂ ਗਫੂਰਾ ਸਿਆਲਕੋਟ ਨੂੰ ਚਲਾ ਗਿਆ ਮੈਂ ਹੁਣ ਧੜ ਕੇ ਆਉਂ ਹੋਰ ਕੋਈ ਤਲਬ ਤੇ ਨਹੀਂ ਡਰਨ ਦੀ ਕੋਈ ਲੋੜ ਨਹੀਂ ਥੋੜੀ ਕਿਤੇ ਬਾਹਰ ਦਾ ਆਦਮੀ ਇੱਧਰ ਨਹੀਂ ਆਉਂਦਾ ਪੋਣਾ ਤੇ ਭਾਂਡੇ ਸਮੇਟ ਕੇ ਬਾਬਾ ਚਲਾ ਗਿਆ ਸੀ ਫੇਰ ਚੁੱਪ ਦੀ ਕੜਾਈ ਤੇ ਡਰਦੇ ਸੀ ਇੱਕ ਨਾਲ ਕੜਨ ਜੋਗੇ ਰਹਿ ਗਏ ਬਾਬਾ ਨਾ ਆਉਂਦਾ ਤਾਂ ਸਾਡੀ ਕਲਤਾ ਨੇ پاگل ਹੋ ਕੇ دریا ਕੰਢੇ ਹੋ ਜਾਣਾ ਸੀ ਅਵਾਰਾ ਦਿਲਾਸੇ ਵਾਲੀ ਗੱਲ ਇਹ ਸੀ ਕਿ ਅਸੀਂ ਦੋ ਜਣੇ ਸੀ ਕਦੇ-ਕਦਾਂ ਹੀ ਇੱਕ ਦੂਜੇ ਲਈ ਸਾਰੇ ਵਰਗਾ ਅਨੁਭਵ ਹੁੰਦਾ ਹੌਲੀ-ਹੌਲੀ ਰਾਤ ਡੂੰਗੀ ਹੁੰਦੀ ਗਈ ਸਾਡਾ ਡਰ ਤੇ ਖੌਫ ਵੀ ਸੰਗਣਾ ਹੁੰਦਾ ਗਿਆ ਮੈਂ ਕੋਠੇ ਚੋਂ ਬਾਹਰ ਨਿਕਲੇ ਅਚਫੇਰੇ ਗਾੜਾ ਤੇ ਸਿੱਲਾ ਨੇਰਾ ਥੋੜਾ ਹਟਵੇਂ ਅਮਰੂਤ ਉੱਲੂ ਬੋਲਿਆ ਮੇਰਾ ਦਿਲ ਕੰਬਿਆ ਥੜਕਿਆ ਆਪਣੇ ਆਪ ਤੇ ਬੜਾ ਗੁੱਸਾ ਆਵੇ ਕਚੀਚੀਆਂ ਵਟਾਂ ਸੋਚਾਂ ਮਨਾ ਕਿੱਥੇ ਆ ਕੇ ਫਸ ਗਿਆ ਇੱਕ ਕੈਸੀ ਕਸੂਤੀ ਸਥਿਤੀ ਪੈਦਾ ਹੋਈ ਐ ਕਿ ਮੈਂ ਭੱਜ ਨਾ ਜਾਵਾਂ ਹੁਣ ਤਾਂ ਮੈਂ ਇਕੱਲਾ ਹੀ ਕ੍ਰਾਸ ਕਰ ਸਕਦਾ ਪਰ ਰੂਹ ਨੰਮਣੀ ਮੇਰੀ ਸਾਥੀ ਫੜੇ ਛੱਡ ਕੇ ਦੌੜ ਜਾਵਾਂ ਇਹ ਬਾਦਰਾ ਵਾਲਾ ਕੰਮ ਨਹੀਂ ਲੱਗਿਆ ਜੇ ਬਾਰਡਰ ਤੇ ਫੜਿਆ ਜਾਂ ਮਾਰਿਆ ਗਿਆ ਫੇਰ ਖੋਰੇ ਸਵੇਰੀ ਜਿੰਦੇ ਹੋਰਾਂ ਨੂੰ ਛੱਡ ਦੇਣ ਗਫੂਰ ਦੀਆਂ ਬਾਹਾਂ ਬੜੀਆਂ ਲੰਮੀਆਂ ਨੇ ਖਾਨ ਵੀ ਮਦਦ ਕਰੋ ਅਸਮਾਨ 'ਚ جگਮਗਾਉਂਦੇ ਤਾਰਿਆਂ ਦੀ ਰੌਸ਼ਨੀ ਨੇ ਪਰੇਰਿਆ ਬਿੰਡਿਆਂ ਦੀ ਮਿੱਠੀ ਲੈ ਨੇ ਮੈਨੂੰ ਉਤਸ਼ਾਹਤ ਕੀਤਾ ਟਿੰਟਮਾਉਂਦੇ ਜਗਨੂਆਂ ਨੇ ਜ਼ਿੰਦਗੀ ਵੱਲ ਵਧਣ ਲਈ ਹੌਸਲਾ ਦਿੱਤਾ ਸੀਮਾ ਦੀ yaad ਨੇ ਪਿਆਰ ਨੇ ਸਮੱਸਿਆਵਾਂ ਦਾ ਸ਼ੇਰਾਂ ਵਾਂਗ ਟੱਕਰ ਕਰਨ ਦੀ ਪ੍ਰੇਰਿਆ ਸਾਰੀ ਰਾਤ ਮੈਂ ਬੇਫਿਕਰ ਹੋ ਕੇ ਸੁੱਤਾ ਤੜਕੇ ਜਾਗੇ ਦਰਿਆਵਲ ਜੰਗਲ ਪਾਣੀ ਚਲੇ ਗਏ ਵਾਪਸ ਪਰਤੇ ਸਾਹਮਣੇ ਪਹਿਲੇ ਤੇ ਦੂਜੀ ਪਾਉਂਦੀਆਂ ਦਿਸੀਆਂ ਕਸਮੇਲੀਆਂ ਜੀਆਂ ਅੱਖਾਂ ਝਮਕ ਕੇ ਵੇਖਿਆ ਸੱਚੀ ਜੀਪਾ ਸੀ ਅਸੀਂ ਘਬਰਾ ਕੇ ਇੱਕ ਦੂਜੇ ਵੱਲ ਵੇਖਿਆ ਕਿਸੇ ਪਾਣੇ ਦੇ ਵਾਪਰ ਜਾਣ ਦਾ ਟੋਖਲਾ ਸੱਚ ਹੁੰਦਾ ਲੱਗਾ ਮੌਤ ਸਾਹਮਣੇ ਖੜੀ ਦੀ ਸੀ ਅਸੀਂ ਛੇ ਮਾਰਕੇ ਅੰਦਰ ਬੈਠੇ ਰਹੇ ਮੈਂ ਮੁਗ ਰਹੀ ਬਾਹਰ ਵੇਖਿਆ ਜੀਪਾਂ ਕਾਫੀ ਦੂਰ ਖੜੀਆਂ ਕਰਕੇ ਫੋਰਸ ਇਧਰੋਂ ਤੁਰੇ ਆਵੇ ਮੈਂ ਪੈਰਾਂ ਤੱਕ ਕੰਬ ਗਿਆ ਹਥਿਆਰਬੰਦ ਪੁਲਿਸ ਕਿਸੇ ਵੀ ਛੇਨ ਗੋਲੀ ਮਾਰ ਸਕਦੀ ਹੈ ਮੌਤ ਦਾ ਇੰਤਜ਼ਾਰ ਕਰਨ ਲੱਗੇ ਪਾਟੀਆਂ ਨਜ਼ਰਾਂ ਤੇ ਟੈਂਦੇ ਧੜਕਦੇ ਦਿਲ ਨਾਲ ਜਿਵੇਂ ਦੁਨੀਆ ਨੂੰ ਆਖਰੀ ਵਾਰ ਵੇਖ ਰਹੇ ਹੋਈ ਉਹ ਮੇਰੇ ਖੁਦਾਂ ਸੋਚਿਆ ਕੀ ਹੋਇਆ ਕੀ ਮੌਤ ਦੇ ਉਹ ਪਲ ਉਹ ਛੇਨ ਉਹ ਕੜੀਆਂ ਉਹ ਸਮਾ ਆਪਣੇ ਆਪ ਚ ਇੱਕ ਮਾਰੂ ਅਹਿਸਾਸ ਹੁੰਦਾ ਹੈ ਸਮਝਾ ਸਰੀਰ ਸੰਚਾਰ ਬਿੰਦੂ ਬਣ ਜਾਂਦਾ ਪਰ ਗੋਲੀ ਨਾ ਚੱਲੀ ਇੱਕ ਭਾਰੀ ਆਵਾਜ਼ ਆਈ ਜਵਾਨੋ ਹੱਥ ਖੜੇ ਕਰਕੇ ਬਾਹਰ ਆਜੋ ਅਸੀਂ ਗੋਲੀ ਨਹੀਂ ਚਲਾਉਂਦੇ ਛਿੰਦੇ ਨੇ ਨਜ਼ਰਾਂ ਰਾਈ ਹੁੰਗਾਰਾ ਮੰਗਿਆ ਹੁਣ ਤੱਕ ਮੈਂ ਸਮਝ ਗਿਆ ਕਿ ਘੱਟੋ ਘੱਟ ਗੋਲੀ ਨਹੀਂ ਮਾਰਦੇ ਥੋੜੀ ਰਾਹਤ ਮਿਲੇ ਮੁਕਾਬਲਾ ਨਾ ਕਰੀਏ ਛੱਡਣਾ ਤੇ ਨਾ ਹੈ ਨਹੀਂ ਮਰਨਾ ਤੇ ਇੱਕ ਦਿਨ ਹੈ ਹੀ ਛਿੰਦੇ ਤੋਂ ਬੋਲਿਆ ਨਾ ਜਾਵੇ ਚਿਹਰੇ ਤੇ ਮੌਤ ਨੱਚਦੀ ਸਪਸ਼ਟ ਦਿਸਦੀ ਸਿੰਦੇ ਆਪਣੇ ਕੋਲ ਇੱਕ ਰਿਵਾਲਵਰ ਤੇ 15 20 ਕਾਰਤੂਸ ਨੇ ਕਿੰਨਾ ਕੁ ਕਰ ਲਾਂਗੇ ਮੁਕਾਬਲਾ ਪੇਸ਼ ਹੋ ਜੀਏ ਸ਼ਾਇਦ ਬਾਤੀ ਜਾਈ ਜੇ ਮੈਂ ਆਪਣਾ ਫੈਸਲਾ ਸੁਣਾ ਦਿੰਦਾ ਉਹਨੂੰ ਮੰਨਣਾ ਪਿਆ ਅਸੀਂ ਦੋਵੇਂ ਜਣੇ ਬਾਹਾਂ ਖੜੀਆਂ ਕਰਕੇ ਬਾਹਰ ਨਿਕਲੇ ਜੀਪ ਵੱਲ ਹਉਤਰੇ ਰਿਵਾਲਵਰ ਮੇਰੀ ਡਬਚੀ ਦਹਿਸ਼ਤ ਹਿੱਟ ਸੁੱਟ ਨਾ ਸਕਿਆ ਉਹਨੂੰ ਪਿੱਠ ਮੋੜਦੇ ਐ ਸਾਡੇ ਪਿੱਛੇ ਹਥਿਆਰਬੰਦ ਪੁਲਿਸ ਹਉਤਰੇ ਨੇੜੇ ਜਾ ਕੇ ਮੈਂ ਥਾਣੇਦਾਰ ਨੂੰ ਸ਼ੁਭ ਸਵੇਰ ਆਖੀ ਕੋਈ ਵੀ ਜਵਾਬ ਦਿੱਤੇ ਬਿਨਾਂ ਉਹਨਾਂ ਸਾਨੂੰ ਹੱਥਕੜੀਆਂ ਲਾਈਆਂ ਅੱਖਾਂ ਬੰਨੀਆਂ ਥੋੜਾ ਜਿਹਾ ਤੋਰ ਕੇ ਜੀ ਪੰਜ ਬਹਾਇਆ ਤੇ ਚੁੱਪਚਾਪ ਵਾਪਸ ਚੱਲ ਪਏ। ਨਾ ਉਹ ਨਾ ਸਾਨੂੰ ਬੁਲਾਇਆ ਨਾ ਕੋਈ ਗੱਲ ਪੁੱਛੀ ਜੀਪ ਤੇ ਹੱਚ ਕੋਲੇ ਵਿਚਾਰਾਂ ਨੂੰ ਝੰਡੋੜ ਦੇ। ਦਿਮਾਗ 'ਚ ਭਵਿੱਖੀ ਕਾਰਵਾਈ ਤੇ ਐਕਸ਼ਨ ਦੀ ਕੜਮਾਸੀ ਕਿਵੇਂ ਪੇਸ਼ ਆਉਣਗੇ? ਸਦਰ ਥਾਣਾ ਨਾਰੋਵਾਲ। ਇੱਕ ਨੇਰੇ ਤੇ ਹੁਮਸ ਭਰੇ ਤੰਗ ਕਮਰੇ 'ਚ ਲਿਆ ਕੇ ਪਹਿਲਾਂ ਅੱਖਾਂ ਖੋਲੀਆਂ ਫਿਰ ਹੱਤ ਕਢੀਆਂ। ਥਾਣੇ ਦੇ ਮੁੰਸ਼ੀ ਨੇ ਸਾਡੀ ਤਲਾਸ਼ੀ ਲਈ ਮੇਰੀ ਪੈਂਟ ਦੀ ਜੇਬ 'ਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਆਈ.ਡੀ. ਕਾਰਡ ਬਰਾਮਦ ਹੋ ਗਿਆ। ਸੀਮਾ ਦਾ ਦਿੱਤਾ ਰਿਵਲਵਰ ਵੀ ਕਰ ਲਿਆ ਉਹਨਾਂ ਕਾਬੂ ਮੇਰੇ ਪੈਰਾਂ ਹੇਠ ਧਰਤੀ ਖਿਸਕ ਗਈ ਕਿੰਨੀ ਗੰਭੀਰ ਗਲਤੀ ਹੋ ਗਈ ਮੈਂ ਰੂਹ ਤੱਕ ਝੰਜੋੜਿਆ ਗਿਆ ਮੇਰੇ ਬਾਰੇ ਉਹਨਾਂ ਨੂੰ ਪੂਰਾ ਤੇ ਪੱਕਾ ਪਤਾ ਲੱਗ ਗਿਆ ਅਸਲੀਅਤ ਨੰਗੀ ਹੋ ਗਈ ਸ਼ਿੰਦੇ ਨੂੰ ਕਿਹੜਾ ਪਵਾੜਾ ਪਿਆ ਲਿਆ ਅਸੀਂ ਦੋਵੇਂ ਕੰਧ ਨਾਲ ਲੱਗੇ ਲੱਕੜੀ ਦੀ ਬੈਂਚ ਤੇ ਬੈਠ ਕੇ ਪਹਿਲਾ ਫੜੇ ਤਾਰੀ ਤੇ ਜਿੰਦੇ ਦਾ ਖਿਆਲ ਆਇਆ ਵਿੱਚ ਵਿੱਚ ਵਾਰ ਕੋਈ ਗੱਲ ਵੀ ਕਰ ਲੰਦੇ ਕਮਰੇ ਦੇ ਇੱਧਰ ਉੱਧਰ ਵੇਖਦੇ ਤੇ ਸੋਚੀ ਪਏ ਪੂਰਨ ਖਾਮੋਸ਼ੀ ਚਾਹ ਤੇ ਸਮੋਸੇ ਮੰਗਵਾਏ ਗਏ ਅੰਦਰ ਕੁਝ ਲੰਘੇ ਨਾ ੱੱਕੇ ਨਾਲ ਅੱਧਾ ਕੱਪ ਚਾਹ ਪੀਤੀ ਜਾਨ ਸੂਲੀ ਤੇ ਟੰਗੀ ਗਈ ਕਿਸੇ ਵੱਡੀ ਤੇ ਖਤਰਨਾਕ ਵਿਪਤਾ ਦੀ ਵਿੱਜ ਪੈਣ ਦਾ అలਾਰਮ ਹੋ ਗਿਆ ਛਿੰਦੇ ਦੇ ਮੂਲੋਂ ਹੀ ਬੁੱਲ ਜੁੜ ਗਏ ਸਹਿਮ ਤੇ ਡਰ ਨਾਲ ਪੱਥਰ ਹੋ ਗਿਆ ਕੋਈ 2 ਘੰਟੇ ਪਿੱਛੋਂ ਮੈਨੂੰ ਇਕੱਲੇ ਨੂੰ ਵੱਡੇ ਸਾਰੇ ਦਫ਼ਤਰ ਚ ਲਜਾਇਆ ਗਿਆ ਮੇਜ਼ ਦੇ ਦੂਜੇ ਪਾਸੇ ਖੱਟਾ-ਕੱਟਾ ਗੰਧਮੀ ਰੰਗ ਦਾ ਮੋٹے ਠੁੱਲੇ ਨੈਣਾਂ ਵਾਲਾ ਖਾਨੇਦਾਰ ਬੈਠਾ ਹੋਇਆ ਸਖਤ ਜਾਨ ਸਿਗਰਟ ਪੀਂਦਾ ਮੈਨੂੰ ਤਿੱਖੀ ਨਜ਼ਰੇ ਤਾੜਦਾ ਰਿਹਾ ਚਿੱਟੇ ਗਾੜਾ ਧੂਏ ਦੇ ਛੱਲੇ ਆਸੇ ਪਾਸੇ ਫੈਲੇ ਹੋਏ ਮੇਰਾ ਸ਼ਨਾਖਤੀ ਕਾਰਡ ਤੇ ਪਿਸਤੌਲਾ ਸਾਹਮਣੇ ਰੱਖਿਆ ਹੋਇਆ ਸ਼ਬਦਾਂ ਨੂੰ ਬੜੇ ਚਿੱਤ ਕੇ ਕਹਿੰਦਾ ਗੁਲਜ਼ਾਰ ਮੁਹੰਮਦ ਨਿਰਮਲ ਸਿੰਘ ਅਖੀਰ ਤੂੰ ਸਾਡੇ ਜਾਲ 'ਚ ਫਸੀ ਗਿਆ ਹੈ ਸਾਰੀ ਕਹਾਣੀ ਸੱਚੋ ਸੱਚ ਦੱਸ ਦੇ ਸਾਨੂੰ ਸਾਰਾ ਪਤਾ ਹੈ ਉਮੀਦ ਹੈ ਸਾਨੂੰ ਪੁੱਛੜ ਬਣਨ ਲਈ ਮਜਬੂਰ ਨਹੀਂ ਕਰੇਗਾ ਹਾਂ ਬੋਲ ਕਦੋਂ ਤੋਂ ਇੱਧਰ ਆਉਂਦਾ ਹੈ ਕਿਸ ਕੋਲ ਠਹਿਰਦਾ ਹੈ ਕਿਹੜੀ ਏਜੰਸੀ ਤੈਨੂੰ ਭੇਜਦੀ ਹੈ ਉਹਦੇ ਸੁਰਖ ਡੇਲੇ ਚਮਕੇ ਸਰ ਦੂਜੀ ਵਾਰ ਆਇਆ ਪਹਿਲੀ ਵਾਰ ਗੁਰਦੁਆਰੇ ਰਿਆ ਸੀ ਇਸ ਵਾਰ ਸ਼ਿੰਦਾ ਮੈਨੂੰ ਬਾਬੇ ਕੋਲ ਲੈ ਗਿਆ ਮੈਂ ਪੂਰਨ ਝੂਠ ਬੋਲਿਆ ਭੈਣ ਦੇ ਯਾਰਾਂ ਝੂਠ ਬੋਲਦਾ ਤੂੰ ਕਈ ਸਾਲਾਂ ਤੋਂ ਜਸੂਸੀ ਕਰਦਾ ਹੈ ਪਰ ਤਾਂ ਪਹਿਲਾਂ ਵੀ ਲੈਂਦੇ ਪਰ ਅਸੀਂ ਪੂਰਾ ਗਰੂ ਕਾਬੂ ਕਰਨਾ ਚਾਹੁੰਦੇ ਸੀ ਸਾਡਾ ਖੁਫੀਆ ਮਹਿਕਮਾ ਇੰਨਾ ਬੁੱਧੂ ਨਹੀਂ ਹੈਗਾ ਸਭ ਜਾਣਦੇ ਆ ਅਸੀਂ ਤੇਰੇ ਬਾਰੇ ਕੋਈ ਇੱਕ ਖੌਫ ਸੀ ਜਿਉਂਦਾ ਜਾਗਦਾ ਖੌਫ ਖਾਨੇਦਾਰ ਗੁਲਜ਼ਾਰ ਮੁਹੰਮਦ ਮੈਨੂੰ ਥੜਕਾਉਣ ਲਈ ਉਹਨੇ ਕੋਹਰਾ ਝੂਠ ਬੋਲਿਆ ਮੈਂ 당ਗ ਰਹਿ ਗਿਆ ਸਰ ਇੰਨਾ ਪੜ ਕੇ ਮੈਂ ਜਸੂਸੀ ਧੋੜਾ ਕਰਨੀ ਸੀ ਧਰਮਨਾਲ ਮੈਂ ਘੁੰਮਣ ਫਿਰਨੀ ਆਇਆ ਮੈਂ ਸੱਚੇ ਹੋਣ ਦਾ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਰਾਮਿਆ ਇੱਥੇ ਕੋਈ ਪਾਰਕ ਜਾਂ ਜੂਬਾ ਕਦੇ ਕੋਈ ਐਮਏ ਕਰਕੇ ਬਾਰਡਰ ਕਰਾਸ ਕਰਦਾ ਵੇਖਿਆ ਸੁਣਿਆ ਸੱਚੋ ਸੱਚ ਦੱਸ ਦੇ ਇੰਨਾ ਪੜਿਆ ਮੁੰਡਾ ਐਵੇਂ ਨਹੀਂ ਕਰਦਾ ਕਰਾਸ ਕੋਈ ਠੋਸ ਵਜ੍ਹਾ ਜ਼ਰੂਰ ਹੈ ਉਹਨੇ ਮੱਛਾ ਮੁੱਛ ਮਰੋੜੀਆਂ ਚਿਹਰੇ ਤੋਂ ਰੁਮਾਲ ਨਾਲ ਮੁੜਕਾ ਸਾਫ਼ ਕੀਤਾ ਮੈ ਉਹਦੀ ਦਲੀਲ ਨੂੰ ਰੱਦ ਕਿਵੇਂ ਕਰਦਾ ਉਹਦੇ ਬਾਰ-ਬਾਰ ਪੁੱਛਣ ਤੇ ਮੈਚਪ ਉਹ ਉੱੜ ਕੇ ਉੱਠਿਆ ਆਦੀ ਜਲੀ ਸਿਗਰਟ ਬੁਹਾ ਮਾਰੀ ਗਾਣਾ ਕਢਦਾ ਕਚੀਚੀ ਵੱਟ ਕੇ ਮੇਰੇ ਤੇ ਚੀਤੇ ਵਾਂਗ ਝਪਟਿਆ ਵੱਖੀ ਚ ਜ਼ੋਰਦਾਰ ਘਸੁੰਨ ਵੱਜਾ ਮੈਂ ਫਰਸ਼ ਤੇ ਢਹਿ ਪਿਆ ਉਹਨੇ ਕਾਲਰਾਂ ਤੋਂ ਫੜ ਕੇ ਮੈਨੂੰ ਕਾਗਜ਼ ਵਾਂਗ ਚੁੱਕ ਕੇ ਖੜਾ ਕਰ ਲਿਆ ਸੱਜੀ ਬਾਹ ਨੂੰ ਐਸਾ ਮਰੋੜਾ ਚਾੜਿਆ ਕਿ ਮੇਰੀ ਅਡਾਡਾ ਨਿਕਲ ਗਈਆਂ ਮੇਰਾ ਇਹ ਮੁੱਢਾ ਅਜੇ ਤੱਕ ਠੀਕ ਨਹੀਂ ਹੋਇਆ ਦਿਸ ਨੂੰ ਹਟ ਗਿਆ ਹਨੇਰਾ ਛਾ ਗਿਆ ਕਚੀਚੀ ਵੱਟ ਕੇ ਲੱਕ 'ਚ ਗੋਡਾ ਮਾਰਿਆ ਤੇ ਦਹਾੜਿਆ ਉੱਤ ਸਭ ਕੁਝ ਬਕੇਗਾ ਇਹ ਇੰਡੀਆ ਨਹੀਂ ਤੇਰੀ ਹੁਣੇ ਖਬਰ ਲੈਣੇ ਆ ਨਫਰਤ ਦੀ ਐਕਸਰੇ ਕਿਰਨਾ ਫੁੱਟੀਆਂ ਉਹਦੇ ਨੈਣਾ ਚ ਝੱਗ ਸੁੱਟਦਾ ਉਹ ਬਾਹਰ ਚਲਾ ਗਿਆ ਮੈਂ ਬੇਵਸ ਜਿਹਾ ਤੱਕਦਾ ਹੀ ਰਹਿ ਗਿਆ ਆਪਣੇ ਆਪ ਤੇ ਖਿੱਚਦਾ 끄ਿੱਚਦਾ ਸੋਚਾਂ ਕਿ ਕਾਰਡ ਨਾਲ ਲਿਆਂਦਾ ਹੀ ਕਿਉਂ ਬਾਬੇ ਦੇ ਇੰਜਨ ਤੇ ਰੱਖ ਆਉਂਦਾ ਦਰਿਆ ਕੰਢੇ ਹੀ ਦੱਬ ਆਉਂਦਾ ਮੈਂ ਤਾਂ ਹਮੇਸ਼ਾ ਹੁੰਦਾ ਸੀ ਆਪਣੀ ਤਲਾਸ਼ੀ ਕਰਕੇ شناختੀ ਕਾਰਡ ਨੇ ਮੈਨੂੰ ਮੌਤ ਦੇ ਮੂੰਹ ਪਾਤਾ ਪ੍ਰੇਮੀ ਤੋਂ ਪੱਕਾ ਜਸੂਸ ਬਣਾਤਾ ਕੈਦ ਨਾ ਜੁਰਮਾਨਾ ਸਿੱਧਾ ਫਾਂਸੀ ਮੇਰਾ ਦਿਮਾਗ ਫਟਣ ਤੇ ਆ ਗਿਆ ਇਹ ਕੀ ਪਾਣਾ ਵਾਪਰਿਆ ਇਧਰ ਫੜੇ ਜਾਨਵਾਰੇ ਤਾਂ ਕਦੇ ਸੋਚਿਆ ਹੀ ਨਹੀਂ ਸੀ ਹੁਣ ਕੀ ਹੋ ਕਦੇ ਮਾਂ ਯਾਦ ਆਵੇ ਕਦੇ ਕਾਮਰੇਡ ਸਾਥੀ ਕਦੇ ਸੀਮਾ ਕਦੇ ਪੰਮੀ ਕੁਛ ਦੇਰ ਪਿਛੋਂ ਪਦਾਰਥਵਾਦੀ ਸੋਚ ਨੇ ਸਿਰ ਚੁੱਕਿਆ ਕਿ ਜੋ ਹੋਣਾ ਸੀ ਹੋ ਗਿਆ ਹੁਣ ਸੋਚਣ ਦਾ ਕੀ ਫਾਇਦਾ ਤੇ ਕੁਦਰਤੀ ਹਾਲਾਤ ਬਣ ਗਏ ਨੇ ਐਸੀ ਮੈਨੂੰ ਹਿੰਮਤ ਨਾਲ ਕਰਨਾ ਚਾਹੀਦਾ ਮੁਕਾਬਲਾ ਅੱਗੋਂ ਜੋ ਹੋਊ ਵੇਖੀ ਜਾਊ ਮੈਂ ਨਾਰਮਲ ਹੋ ਗਿਆ ਚੈਨ ਨਾਲ ਸੰਭਾਵੀ ਖਤਰੇ ਦਾ ਇੰਤਜ਼ਾਰ ਕਰਨ ਲੱਗਾ ਇੱਕ ਸ਼ੱਕ ਜ਼ਰੂਰ ਬਾਰ-ਬਾਰ ਦਿਲ 'ਚ ਰੜਕੇ ਸਾਨੂੰ ਫੜਾਇਆ ਕਿਨੇ ਹੋ ਬਾਬੇ ਫਜ਼ਲਦੀਨ ਨੇ ਨਹੀਂ ਹੋਰ ਕਿਨੇ ਕੋਈ ਸਮਾਂ ਨਾ ਆਵੇ ਪਿੱਛੋਂ ਪਤਾ ਲੱਗਿਆ ਵੀ ਇਹ ਕਰਤੂਤ ਗਫੂਰ ਦੇ ਇੱਕ ਵਿਰੋਧੀ ਬਲੈਕ ਕਰਦੀ ਸੀ ਹੋਟਲ ਦਾ ਇੱਕ ਮੁੰਡੂ ਰੋਟੀ ਵਾਲੀ ਥਾਲੀ ਤੇ ਪਾਣੀ ਦਾ ਜੱਗ ਦੇ ਕੇ ਚਲਾ ਗਿਆ ਮੈਂ ਰੱਜ ਕੇ ਪਾਣੀ ਪੀਤਾ ਰੋਟੀ ਨੂੰ ਕਾਜੀ ਨਾ ਕੀਤਾ ਛੇਤੀ ਇੱਕ ਮੁਲਾਜ਼ਮ ਅੰਦਰ ਆਇਆ ਗੋਰਾ ਚਟਾ ਵਿਖੜ ਗਿਆ ਹਾਲਚਲ ਪੁੱਛਿਆ ਸਾਹਮਣੇ ਪਏ ਕਾਗਜ਼ਾਂ ਨੂੰ ਫਰੋਲਣ ਲੱਗਾ ਨਾਲੋਂ ਨਾਲ ਮੈਨੂੰ ਸਵਾਲ ਕਰਦਾ ਗਿਆ ਕਿ ਤੇਰਾ ਪਿੰਡ ਕਿਹੜਾ ਹੈ ਕਿਹੜਾ ਜ਼ਿਲ੍ਹਾ ਕਿੱਥੇ ਪੜਨਾ ਹੈ ਕੀ ਕਰਨਾ ਹੈ ਸਭ ਕੁਝ ਪੁੱਛਦਾ ਤੇ ਨੋਟ ਕਰਦਾ ਗਿਆ ਮੇਰੀ ਹਿਸਟਰੀ ਸ਼ੀਟ ਤਿਆਰ ਕਰਤੀਗੀ ਕਾਗਜ਼ਾਂ ਨੂੰ ਫਾਈਲ 'ਚ ਸੰਭਿਆ ਉਠਿਆ ਤੇ ਹੌਲੀ-ਹੌਲੀ ਦਰਵਾਜ਼ਾ ਬਾਹਰ ਚਲਾ ਗਿਆ ਥੋੜੀ ਦੇਰ ਪਿਛੇ ਗੁਲਜ਼ਾਰ ਮੁਹੰਮਦ ਫੇਰ ਆ ਗਿਆ ਕੈਰੀ ਨਜ਼ਰੇ ਮੈਨੂੰ ਤਾਲਦਾ ਬੋਲਿਆ ਤੇਰੀ ਸ਼ਕਲ ਮੈਂ ਪਹਿਲਾਂ ਵੀ ਕਿਧਰੇ ਵੇਖੀ ਹੈ ਕਿਸ ਏਜੰਸੀ ਲਈ ਕੰਮ ਕਰਦਾ ਉਹ ਕਠੋਰ ਹੋ ਗਿਆ ਅੱਖਾਂ 'ਚ ਬੇਹਾਾ ਗੁੱਸਾ ਭਰ ਗਿਆ ਸਰ ਮੈਂ ਕਿਸੇ ਏਜੰਸੀ ਨੂੰ ਜਾਣ ਦਾ ਤੱਕ ਨਹੀਂ ਬਸ ਗਲਤੀ ਨਾਲ ਆ ਗਿਆ ਬੇਵਕੂਫ ਨਾ ਬਣਾ ਸਾਨੂੰ ਸਾਰਾ ਇਲਮ ਹੈ ਅਸੀਂ ਆਪਣਾ ਬੰਦਾ ਭੇਜਿਆ ਛੇਤੀ ਤੇਰੇ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਤੇਰੀ ਸ਼ਕਲ ਏਜੰਸੀ ਵਾਲਿਆਂ ਵਰਗੀ ਲੱਗਦੀ ਹੈ ਤੇ ਥੋ ਆਈ ਕਾਰਡ ਤੇ ਅਸਲਾ ਬਰਾਮਦ ਹੋਇਆ ਇਹ ਵੱਡਾ ਸਬੂਤ ਨੇ ਤੇਰੇ ਜਸੂਸ ਹੋਣ ਦਾ ਉਹਨੇ ਵਿਸ਼ਵਾਸ ਤੇ ਕਠੋਰਤਾ ਨਾਲ ਕਿਹਾ ਮੇਰੇ ਕੋਲ ਕੋਈ ਤਰਕ ਨਹੀਂ ਸੀ ਮੈਂ ਚੁੱਪ ਲਾਜਵਾ ਵਕਤ ਨੇ ਐਸਾ ਮੌਕਾ ਮਿਲ ਦਿੱਤਾ ਸੱਚਾ ਹੁੰਦਿਆਂ ਵੀ ਮੈਂ ਝੂਠਾ ਸੀ ਡਰਾਉਣੀ ਸਜ਼ਾ ਦਾ ਹੱਕਦਾਰ ਕੋਈ ਅਪੀਲ ਨਹੀਂ ਫਰਿਆਦ ਨਹੀਂ ਦਲੀਲ ਨਹੀਂ ਬਹਿਸ ਨਹੀਂ ਉਹਨਾਂ ਨੂੰ ਕੌਣ ਸਮਝਾਵੇ ਯਕੀਨ ਬਣਾਵੇ ਮੈਂ ਕਾਮਰੇਡਾਂ ਜੂਸੂਸ ਨਹੀਂ ਸੱਚਾ ਇਨਸਾਨ ਬਲੈਕ ਕਰਨੇ ਬਸ ਵਕਤ ਨੇ ਫਸਾਤਾ ਸੀ ਪਿਆਰ ਦੀ ਕੀਮਤ ਦੇਣੀ ਪੈਂਦੀ ਹੈ ਮਤਲਬ ਤੂੰ ਸਿੱਧੀ ਤਰ੍ਹਾਂ ਨਹੀਂ ਦਸੇਗਾ ਉਹ ਇੱਕ ਪਾਸਾ ਕਰਨਾ ਚਾਵੇ ਮੈਥੋਂ ਧੱਕੇ ਨਾਲ ਇਕਬਾਲ ਕਰਾਵੇ ਜੂਸੂਸ ਹੋਣਾ ਸਰ ਧਰਮ ਨਾਲ ਮੈਂ ਸੱਚ ਬੋਲਦਾ ਮੈਂ ਆਪਣੇ ਸਟੈਂਡ ਤੇ ਅੜਿਆ ਰਿਹਾ ਗੁੱਸੇ ਨਾਲ ਉਹਦੀ ਬੱਕਰ ਨੂਮਾ ਦਾੜੀ ਕੰਬੀ ਫੁੜਾਕ ਕਰਦਾ ਹੱਥ ਘੰਟੀ ਤੇ ਵੱਜਾ ਦੋ ਸਪਾਈ ਅੰਦਰ ਆਏ ਉਹਨਾਂ ਦਵੱਲਿਓਂ ਬਾਹਾਂ ਤੋਂ ਫੜ ਕੇ ਇੱਕ ਤਰ੍ਹਾਂ ਚੁੱਕ ਕੇ ਲਿਆ। ਇਹਦੀ ਪੂਰੀ ਸਫਾਈ ਕਰੋ। ਲਾਈਨ ਤੇ ਆਵੇ ਤਾਂ ਛੱਡੋ। ਉਹ ਹੱਥ ਮਲਦਾ ਕੁਰਸੀ ਤੇ ਟਹਿ ਪਿਆ। ਗਰਾਂਡੇ ਨੂੰ ਲੰਘ ਕੇ ਖੁੱਲੇ ਵੇੜੇ ਦੇ ਇੱਕ ਪਾਸੇ ਛੋਟਾ ਜਿਹਾ ਕਮਰਾ ਟੁੱਟੇ ਫੁੱਟੇ ਸਮਾਨ ਨਾਲ ਤੁਸੀਆ ਕੱਟੇ ਮਿੱਟੀ ਤੇ ਗਰਦ ਨਾਲ ਅਟਿਆ। ਇੱਕ ਖਾਲੀ ਨੁਕਰੇ ਉਹਨਾਂ ਵਹਾ ਮਾਰਿਆ। ਪੱਠਿਆਂ ਦੀ ਭਰੀ ਵਾਂਗ ਗੋਡਿਆਂ ਬਾੜ ਡਿੱਗਾਂ ਮੈਂ ਅਜੇ ਸਿੱਧਾ ਵੀ ਨਾ ਹੋਇਆ ਵਦਾਨ ਵਰਗੀ ਧੌਲ ਮੇਰੀ ਬਾਜੀ ਤੇ ਵਜੇ। ਢਿੱਡ ਚ ਪੱਥਰ ਵਰਗਾ ਹੋਰਾ ਅੰਨੇ ਰਾਜਾ ਆ ਗਿਆ ਅੱਖਾਂ ਮੂਰੇ ਮੇਰੇ ਤੌਰ ਭੋਂਗੇ ਦੋਵੇਂ ਹੱਥਾਂ ਨਾਲ ਢਿੱਡ ਕੁੱਟ ਕੇ ਬੈਠ ਗਿਆ ਮੂੰਹ ਪਾਰ ਫਰਸ਼ ਤੇ ਟੈਪਿਆ ਇੱਕ ਨੇ ਮੋਰਾਂ ਚ ਲੱਤ ਮਾਰ ਕੇ ਸਿੱਧਾ ਕਰ ਲਿਆ ਵੈਸ਼ੀ ਸੁਨੂਕ ਤੋਂ ਮੇਰੇ ਅੰਦਰ ਕੰਬਿਆ ਕੋਈ ਕਹਿਰ ਹੋਣ ਵਾਲਾ ਵਾਲਾ ਲੱਗਾ ਆਮ ਲੋਕਾਂ ਕਾ ਮੰਗ ਮਾਂ ਯਾਦ ਆਈ ਇਥੇ नक्सली ਪਾਰਟੀ ਦੀ ਸ਼ਮੂਲੀਅਤ ਸਮੇਂ ਹੋਈਆਂ ਭਾਰੀ ਪੁਲਿਸ ਟੱਕਰਾਂ ਤੇ ਝੱਲੇ ਅੰਨੇ ਤਸ਼ੱਦਦ ਨੇ ਬੜਾ ਕੰਮ ਦਿੱਤਾ ਅਡੋਲ ਰਹਿਣ ਦੀ ਪ੍ਰੇਰਣਾ ਦਿੱਤੀ ਢਾਰਸ ਬਣਾਈ ਸੀਮਾ ਨਾਲ ਮਾਣੇ ਆਨੰਦ ਨੇ ਬੜਾ ਹੌਸਲਾ ਦਿੱਤਾ ਮੈਂ ਕਿਵੇਂ ਦਾਗੀ ਕਰਦਾ ਉਹਦੇ ਸੋਨੇ ਅਰਗੇ ਪਿਆਰ ਨੂੰ ਉਹ ਨੇੜੀ ਖੜੀ ਕਹਿ ਰਹੀ ਸੀ ਪਰਵਾਹ ਨਾ ਕਰ ਮੈਂ ਹਾਂ ਨਾ ਇੱਥੇ ਬੇਗਾਨਾ ਦੇਸ਼ ਹੋਣ ਕਾਰਨ ਦਿਮਾਗੀ ਤਣਾਅ ਤਾਂ ਵਧਿਆ ਪਰ ਥਿੜਕ ਜਾਣ ਦੀ ਹਾਲਤ 'ਚ ਜਾਣ ਤੋਂ ਪਹਿਲਾਂ ਮੈਂ ਸੰਭਲ ਗਿਆ ਕਾਲੇ ਸ਼ਾ ਰੰਗ ਦਾ ਇੱਕ ਸਪਾਈ ਝੋਟੇ ਵਾਂਗ ਢੁੱਡ ਲੈ ਕੇ ਪਿਆ ਮੇਰਾ ਸਿਰ ਘੁੰਮਿਆ ਮੂੰਹ 'ਚੋਂ ਲਹੂ ਵਗਣ ਲੱਗਾ ਜਿੱਥੇ ਵੀ ਦਿਲ ਕਰੇ ਮਾਰੀ ਜਾਣ ਜਿਵੇਂ ਕਾਂ ਕੁੱਤੇ ਦੀਆਂ ਬੁੱਟੀਆਂ ਨੋਚ ਰਹੇ ਹੋਣ ਮੈਂ ਰੋਇਆ ਕਲ ਪਿਆ ਦਵਾਈ ਦਿੱਤੀ ਸੱਚੇ ਹੋਣ ਦੀਆਂ ਸੋਹਾਂ ਖਾਧੀਆਂ ਪਰ ਮੇਰੀ ਕਿਸੇ ਨਾ ਸੁਣੀ ਸਰੀਰ ਸੁੰਨ ਹੋ ਗਿਆ ਪੀੜਾਂ ਦਾ ਅਹਿਸਾਸ ਘਟ ਗਿਆ ਤਕੜੀ ਛੁੱਟੀ ਲਾ ਕੇ ਸਾਹ ਸਾਹ ਹੋਏ ਉਹ ਮੁੜਕਾ ਪੁੰਜਦੇ ਹੌਂਕਣ ਲੱਗੇ ਮੈਂ ਡਾਲ ਹੋ ਕੇ ਫਰਸ਼ ਤੇ ਪਿਆ ਰਿਆ ਮੇਰੀ ਚੇਤਨਾ ਜਾਂਦੀ ਰਹੀ ਹੌਲੀ ਹੌਲੀ ਹੋਸ਼ ਆਉਣ ਲੱਗੀ ਅੱਖਾਂ ਖੁੱਲੀਆਂ ਇੱਕ ਸਪਾਈ ਨੇ ਬਾਹਾਂ ਫੜ ਕੇ ਖਿੱਚਿਆ ਪਾਣੀ ਮੇਰੀ ਬੁੱਲਾਂ ਨੂੰ ਲਾਇਆ ਪੀਣ ਲੱਗਿਆ ਬੜੀ ਦਰਦ ਹੋਈ ਪਾਟੇ ਬੁੱਲਾਂ ਚੋਂ ਖੂਨ ਵਗਦਾ ਚੀਸਾਂ ਤਰਾਟਾਂ ਪੈਂਦੀਆਂ ਕੁੱਟ-ਕੁੱਟ ਕੇ ਮਾਰ ਦੇਣਾ ਕੋਈ ਵੱਡੀ ਗੱਲ ਨਾ ਚਾਪੀ ਮੌਤ ਸਾਹਮਣੇ ਨੱਚਦੀ ਦਿਸੇ ਮਹੀਨੇ ਤੋਂ ਵੱਧ ਸਮਾਂ ਮੇਰੇ ਤੇ ਤਸ਼ੱਦਦ ਕਰਦੇ ਰਹੇ ਸਿਖਰ ਦਰਜੇ ਦੀ ਕੋਸ਼ਿਸ਼ ਕੀਤੀ ਮੈਂ ਕਿਸੇ ਦਾ ਨਾਂ ਤੱਕ ਨਹੀਂ ਲਿਆ ਉਸ ਦਿਨ ਜ਼ਿੰਦਗੀ ਚ ਕਦੇ ਨਹੀਂ ਉਹ ਦਿਨ ਜ਼ਿੰਦਗੀ ਚ ਕਦੇ ਨਹੀਂ ਭੁੱਲਿਆ ਜਾਂ ਆ ਆ ਯਾਦ ਯਾਦ ਆ ਜਾਂਦੇ ਬੜਾ ਬੁਰਾ ਹਾਲ ਹੁੰਦਾ ਹੈ ਸਰੀਰ ਚੋਂ ਸੇਕ ਨਿਕਲਣ ਲੱਗਦਾ ਹੈ ਹੱਡਾਂ ਚੋਂ ਤਿੱਖੀ ਪੀੜ ਉੱਠਦੀ ਹੈ ਰੂਹ ਕੰਬਦੀ ਦਿਲ ਨੂੰ ਹੌਲ ਪੈਂਦੇ ਨੇ ਸਾਡੇ ਇਧਰ ਵਾਂਗ ਪੰਜਾਬ ਪੁਲਿਸ ਦਾ ਉਹ ਥਾਣੇਦਾਰ ਪਰਮਜੀ ਮੈਨੂੰ ਜਸੂਸ ਸਮਝ ਕੇ ਰਿਹਾ ਸੀ ਉਹ ਮੇਰੇ ਚੋਂ ਭੇਤ ਕੱਢ ਕੇ ਸਟਾਰ ਦਾ ਹੱਕਦਾਰ ਹੋਣਾ ਚਾਵੇ ਮੈਨੂੰ ਨਾ ਤਰੀਕਾ ਦਾ ਪਤਾ ਹੁੰਦਾ ਨਾ ਵਾਰ ਦਾ ਇਹ ਪਤਾ ਸੀ ਮੈਂ ਆਇਆ ਸੀ ਸੀਮਾ ਕੋਲੋਂ 20 ਜੂਨ ਨੂੰ ਖੌਫ ਤੇ ਤਸ਼ੱਦਦ ਨੇ ਭੁਲਾਤੇ ਸਭ ਤਰੀਕਾਂ ਵਾਰ ਫਿਰ ਕਈ ਦਿਨ ਮੈਨੂੰ ਕਿਸੇ ਨਾ ਛੇੜਿਆ ਦੋ ਵੇਲੇ ਚਾਰ ਰੋਟੀ ਆ ਜਾਂਦੀ ਕਈ ਦਿਨ ਤੱਕ ਗਰਾਈ ਨਾ ਲੰਗੀ ਅੰਦਰ ਪਾਟ ਗਿਆ ਹੋਇਆ ਮੂੰਹ ਸਾਰਾ ਦਾਲ ਸਬਜ਼ੀ ਖਾਪੀ ਲੈਂਦਾ ਬਾਹਰ ਪਹਿਰੇ ਤੇ ਖੜਾ ਹੁੰਦਾ ਬੰਦੂਕ ਧਾਰੀ ਸੰਤ ਇੱਕ ਦਿਨ ਸਵੇਰੇ ਗੁਲਜ਼ਾਰ ਮੁਹੰਮਦ ਆਇਆ ਬੜੇ ਗੁੱਸੇ ਤੇ ਰੋਬ ਨਾਲ ਕਹਿੰਦਾ ਹਾਂ ਦੱਸ ਤੈਨੂੰ ਕੌਣ ਭੇਜਦਾ ਏ ਕਿਸ ਲਈ ਕੰਮ ਕਰਦਾ ਉਹਨੇ ਮੇਰੀ ਧੌਣ ਦਵਾਲੇ ਹੱਥਾਂ ਦਾ ਸ਼ਕੰਜਾ ਕੱਸ ਦਿੱਤਾ ਸਰ ਤੁਹਾਨੂੰ ਸ਼ੱਕ ਹੋ ਗਿਆ ਮੈਂ ਤਾਂ ਗੱਲ ਸੰਗ ਚ ਘੁੱਟੀ ਗਈ ਉਹਨੇ ਵਾਲਾਂ ਤੋਂ ਫੜ ਕੇ ਬੜੇ ਗੁੱਸੇ ਨਾਲ ਕੰਧ 'ਚ ਮਾਰਿਆ ਮੂੰਹ ਤੋਂ ਸੱਜੇ ਪਾਸੇ ਦਾ ਮਾਸ ਉੱਚੜ ਗਿਆ ਫਿਰ ਪੁੱਠਾ ਕਰ ਲਿਆ 2.5-3 ਫੁੱਟ ਘੇਰੇ ਦਾ ਬਣਿਆ ਲੱਕੜ ਦਾ ਬੇਲਣ ਖੁੱਚਾਂ ਤੇ ਰੱਖ ਦਿੱਤਾ ਇੱਕ ਨੇ ਮੇਰੀ ਧੌਣ ਤੇ ਪੈਰ ਰੱਖਿਆ ਦੂਜਾ ਦੋਵੇਂ ਪੈਰ ਫੜ ਕੇ ਬੇਲਣ ਦੇ ਉੱਪਰੋਂ ਦੀ ਪਿੱਠ ਵੱਲ ਧੱਕਣ ਲੱਗਾ ਬੜੇ ਗੁੱਸੇ ਤੇ ਤਾਣ ਨਾਲ ਉਹ ਮੇਰੇ ਰੱਬਾ ਢਿੱਡ ਚ ਜਿਵੇਂ ਸੈਂਕੜੇ ਆਰੇ ਚੱਲ ਪਏ ਹੋਣ ਦਰਦਾਂ ਪੀੜਾਂ ਵਾਵ ਰੋਲੇ ਛੀਸਾਂ ਤੇ ਝਖੜ ਅਣਕਿਆਸੀ ਪੀੜ ਦਾ ਕਹਿਰ ਉਸ ਸਮੇਂ ਮੈਂ ਆਰੇ ਨਾਲ ਚੀਰੇ ਜਾਂਦੇ ਮਤੀ ਦਾਸ ਨੂੰ ਅੱਖਾਂ ਅੱਗੇ ਲਿਆਂਦਾ ਮੈਨੂੰ ਫਾਂਸੀ ਦੇ ਤਖਤੇ ਤੋਂ ਦਾ ਲੇਖਕ ਜੂਲियस ਫਿਊਚੇ ਕਿ ਆਦਾਇਆ ਫਿਰ ਪਰਬਤੋਂ ਭਾਰੀ ਮੌਤ ਦਾ ਕਾਮਰੇਡ ਵੀਰ ਭੂਸ਼ਣ ਪਟਨਾਇਕ ਵੀ ਕਿਸੇ ਤਰ੍ਹਾਂ ਵੀ ਦੀ ਕੈਰੀ ਜ਼ਬਰ ਮੈਂ ਜਰ ਗਿਆ ਵਕਤ ਟਲ ਗਿਆ ਮੈਂ ਥੜਕਨ ਤੋਂ ਬਚ ਗਿਆ ਕਦੋਂ ਮੈਂ ਫੇਰ ਬੇਹੋਸ਼ ਹੋਇਆ ਕੋਈ ਪਤਾ ਨਹੀਂ ਕਦੋਂ ਗਏ ਜਦੋਂ ਹੋਸ਼ਪਰਤੀ ਮੈਂ ਕਮਰੇ ਚ ਕੱਲਾ ਫਰਸ਼ ਤੇ ਪਿਆ ਕਰਾ ਰਿਆ ਸੀ ਗਰਮੀ ਤੇ ਵਟ ਨੇ ਬੁਰਾ ਹਾਲ ਕੀਤਾ ਵਾਪਰੀਆਂ ਘਟਨਾਵਾਂ ਯਾਦ ਆਉਣ ਲੱਗੀਆਂ ਬੁੱਲ ਸੁੱਕੇ ਗਲਾ ਖੁਸ਼ਕ ਅੰਗ-ਅੰਗ ਪੀੜ ਨਾਲ ਪਰਚਿਆ ਪਿਆ ਨਹੰਗਾ ਦੇ ਬੋਰੀ ਚ ਪਾ ਕੇ ਕੁੱਟਣ ਤੋਂ ਭੈੜਾ ਹਾਲ ਇੱਕ ਵਾਰ ਖਿਆਲ ਜ਼ਰੂਰ ਆਇਆ ਦਿਲ ਕੀਤਾ ਗਫੂਰ ਤੇ ਖਾਨ ਦੇ ਨਾਮ ਲੈਂਦਾ ਫਿਰ ਸੋਚਿਆ ਮਨਾ ਤੂ ਤਾਂ ਅਜਾਬ ਸਹੀ ਰਹੀਂ ਇਸ ਤਰ੍ਹਾਂ ਉਹ નિર્ਦੋਸ਼ ਲੋਕ ਵੀ ਫਸ ਜਾਣਗੇ ਮੈਂ ਆਪਣੇ ਹਿੱਕ ਤਾਣ ਕੇ ਜੀਏ ਤੇ ਮਾਣੇ ਵਕਤ ਨੂੰ ਯਾਦ ਕੀਤਾ ਬੜੀ ਮੁਸ਼ਕਲ ਨਾਲ ਅੰਗਾਂ ਨੂੰ ਇਕੱਠੇ ਕਰਕੇ ਖੱਬੀ ਅਰਕ ਤੇ ਭਾਰ ਪਾ ਕੇ ਉੱਠਣ ਦੀ ਕੋਸ਼ਿਸ਼ ਕਰਾਂ ਸਰੀਰ ਜਿਵੇਂ ਬੇਲਣੇ ਚ ਲੰਘਿਆ ਹੋਵੇ ਮੈਨੂੰ ਰੂਸੀ ਨਾਵਲ ਜੋ ਕਦੇ ਸੀਮਾ ਨੇ ਦਿੱਤਾ ਸੀ ਅਸਲੀ ਇਨਸਾਨ ਦੀ ਕਹਾਣੀ ਦਾ ਪਾਇਲਟ ਹੀਰੋ ਬੋਰਸ ਅਲੇਕਸੇ ਯਾਦ ਆਇਆ ਮੈਂ ਰੋਚ ਆ ਗਿਆ ਕਚੀਚੀ ਵਟਕੇ ਗੁੱਸੇ ਨਾਲ ਹੰਬੜਾ ਮਾਰਿਆ ਮੈਂ ਉੱਠ ਕੇ ਬੈਠ ਗਿਆ ਇੱਕ ਨੁਕਰੇ ਸਟੂਲ ਤੇ ਜੱਗ ਪਿਆ ਵੇਖਿਆ ਲੰਗੇ ਬਾ ਅੱਗੇ ਵਧਿਆ ਗਰਮ ਪਾਣੀ ਪੀ ਲਿਆ ਕੁਝ ਰਾਹਤ ਮਿਲੀ ਆਪਣੀ ਹਾਲਤ ਵੇਖ ਕੇ ਮੈਂ ਮੁਸਕਰਾ ਪਿਆ ਕੋਈ ਵੇਖਦਾ ਤਾਂ ਪਾਗਲ ਸਮਝਦਾ ਸੀਮਾ ਦੇ ਦਿੱਤੇ ਨਵੇਂ ਪੈਂਟ ਕਮੀਜ਼ ਥਾਂ ਥਾਂ ਤੋਂ ਫਟ ਗਏ ਹੋਏ ਮੈਲੇ ਚਿੱਕੜ ਭਰੇ ਬਾਹਾਂ ਦੇ ਤਾਂ ਲੰਗਾਰ ਹੀ ਲੱਗੇ ਹੋਏ ਜਿਵੇਂ ਕੁੱਤਿਆਂ ਨੇ ਬੁਰਕ ਭਰੇ ਹੋਣ ਪਹਿਲੀ ਥਾਂ ਤੇ ਕੰਧ ਨਾਲ ਢੋਲਾ ਕੇ ਬੈਠ ਗਿਆ ਅਤ ਗਰਮੀ ਦੇ ਦਿਨ ਹੁੰਦਿਆਂ ਵੀ ਪਾਲਾ ਲੱਗੇ ਦਿਮਾਗ ਦੇ ਘੋੜੇ ਕਈ ਦਿਸ਼ਾਵਾਂ 'ਚ ਦੌੜੇ। ਕਈ ਤਰ੍ਹਾਂ ਦੇ ਭੈੜੇ ਤੇ ਮਾੜੇ ਵਿਚਾਰ ਆਉਣ ਲੱਗੇ। ਛਿੰਦੇ ਨਾਲ ਕੀ ਬੀਤੀ ਮੈਨੂੰ ਨਹੀਂ ਪਤਾ। ਜਿਸਮਾਨੀ ਟੌਰਚਰ ਪਹਿਲੀ ਵਾਰ ਨਹੀਂ ਸੀ ਹੋਇਆ, नक्सਲੀ ਸੀ। ਨੇਰੀਆਂ, ਤੰਗ ਤੇ ਬਦਬੂ ਮਾਰਦੀਆਂ ਗੰਦੀਆਂ ਕੋਠੜੀਆਂ 'ਚ ਮੈਂ ਪਹਿਲਾਂ ਵੀ ਰਹਿ ਚੁੱਕਾ ਸੀ। ਕਈ ਵਾਰ ਟੌਰਚਰ ਸੈਂਟਰਾਂ ਵਿੱਚੋਂ ਗੁਜ਼ਰ ਚੁੱਕਾ ਸੀ। ਪਰ ਇਹ ਟੌਰਚਰ ਦਾ ਅਹਿਸਾਸ ਹੋਰ ਤਰ੍ਹਾਂ ਦਾ ਹੋਇਆ। ਪਹਿਲੇ ਟੌਰਚਰਸ ਹਮੇ ਮੇਰੀ ਅਣਖ ਤੇ ਮਰਦਾਨਗੀ ਤਣਕੇ ਖਲੋ ਜਾਂਦੇ ਰਹੇ। ਵਧੇਰੇ ਜ਼ੁਲਮ ਸਹਿਣ ਨਾਲ ਵਧੇਰੇ ਸੰਤੁਸ਼ਟੀ ਤੇ ਖੁਸ਼ੀ ਮਿਲਦੀ। ਕਿਸੇ ਲਈ ਕੁਝ ਕਰਨ ਦੀ ਖੁਸ਼ੀ ਤੇ ਮਾਣ ਹੁੰਦਾ। ਕੁਰਬਾਨੀ ਕਰਨ ਵਰਗਾ ਜਜ਼ਬਾ ਕਿਉਂਕਿ ਉਹ ਤਸ਼ੱद्दਦ ਜਰਦਾਸਾਂ ਮੈਂ ਲੋਕਾਂ ਲਈ। ਇਹ ਟੌਰਚਰਸ ਹਮੇ ਮੇਰੀ ਰੂਹ 부ਝ ਗਈ। ਖੁਦਗਰਜ਼ੀ ਤੇ ਲਾਲਚ ਵਰਗਾ ਭੈੜਾ ਅਹਿਸਾਸ ਪੈਦਾ ਹੋਇਆ। ਅਣਖ ਤੇ ਰੂਹ ਨੇ ਸਿਰ ਨਾ ਚੁੱਕਿਆ। ਰੂਹ 'ਚ ਇੱਕ ਡਰ ਤੇ ਮੰਦ ਭਾਵਨਾ ਜਾਗ ਪਈ। ਕੁਝ ਭੈੜਾ ਤੇ ਮਾੜਾ ਹੋ ਗਿਆ। ਇਹਦੀ ਗੰਢ ਜਿਹੀ ਭੱਜ ਗਈ। ਮੈਨੂੰ ਇੱਕ ਕਾਮਰੇਡ ਤੇ ਬਲੈਕਰ ਸ਼ਬਦਾਂ 'ਚ ਸਮੋਏ ਅਰਥਾਂ ਤੇ ਫਰਕ ਦਾ ਅਨੁਭਵ ਹੋਇਆ ਪਰ ਮੈਂ ਤਾਂ ਇੱਕ ਕਾਮਰੇਡ ਪ੍ਰੇਮੀ ਸੀ ਮੈਨੂੰ ਮਾਣ ਸੀ ਆਪਣੇ ਪਿਆਰ ਤੇ ਪਹਿਲੀ ਮੌਤ ਵਿੱਚ ਲੋਕਾਂ ਦਾ ਹੀਰੋ ਹੋਣਾ ਸੀ ਇਸ ਮੌਤ ਨਾਲ ਬਦਨਾਮੀ ਲਾਲਚੀ ਤੇ ਖੁਦਗਰਜ਼ ਹੋਣ ਦਾ ਬਿੱਲਾ ਲੱਗ ਜਾਣਾ ਸੀ ਪਹਿਲੀ ਵਾਰ ਉਦੋਂ ਮੈਨੂੰ ਹੱਸ ਕੇ ਫਾਂਸੀਆਂ ਤੇ ਚੜਨ ਰੋਮ ਰੋਮ ਕਟਵਾ ਕੇ ਦੇਗਾਂ ਚੁੱਬਲਦੇ ਤੇ ਆਰਿਆਂ ਨਾਲ ਚੀਰੇ ਜਾਂਦੇ ਸ਼ਹੀਦਾਂ ਦੇ ਸ਼ਾਹੀ ਅਣਖ ਤੇ ਪਵਿੱਤਰ ਭਾਵਨਾ ਦਾ ਅਹਿਸਾਸ ਜਾਗਿਆ ਇੱਕ ਦਿਨ ਸ਼ਾਮੀ ਬਾਹਰ ਕੱਢ ਕੇ ਮੈਨੂੰ ਜੀਪ 'ਚ ਬਹਾਇਆ ਗਿਆ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਆਸੇ-ਪਾਸੇ ਬੈਠ ਕੇ ਹਥਿਆਰਬੰਦ ਸਿਪਾਈ ਮੈਂ ਕਿਸੇ ਹੋਰ ਵੱਡੀ ਵਿਪਤਾ ਦਾ ਟਕਰਾ ਕਰਨ ਲਈ ਦਿਮਾਗੀ ਤੌਰ ਤੇ ਤਿਆਰੀ ਕਰਨ ਲੱਗਾ ਜੀਪ ਫੁੱਲ ਸਪੀਡਸ ਦੌੜਨ ਲੱਗੀ ਕਿੰਨਾ ਚਿਰ ਸਫ਼ਰ ਕੀਤਾ ਕੋਈ ਪਤਾ ਨਹੀਂ ਮੈਂ ਨਾ ਡੁੱਬਾ ਹੋਇਆ ਸੀ ਸੋਚਾਂ ਵਿੱਚ ਸੀਮਾ बार-बार ਸਾਹਮਣੇ ਆਖ ਲਾਉਂਦੀ ਹੱਸਦੀ ਗੁਟਕਦੀ ਨੈਣਾ 'ਚ ਸ਼ਰਾਬ ਪਿਆਉਂਦੀ ਬੁੱਲਾਂ ਤੋਂ ਸ਼ਹਿਦ ਚਟਾਉਂਦੀ ਮੈਂ ਹੌਲਾ ਹੋ ਜਾਂਦਾ ਅੱਖਾਂ ਬੰਦ ਦਿਸੇ ਕੁਝ ਨਾ ਅਸੇ-ਪਾਸੇ ਤੋਂ ਆਉਂਦੀਆਂ ਆਵਾਜ਼ਾਂ ਤੇ ਵੱਜਦੇ ਹੋਰ ਨਾਲ ਤੋਂ ਕਿਸੇ ਵੱਡੇ ਸ਼ਹਿਰ ਹੋਣ ਦਾ ਅੰਦਾਜ਼ਾ ਲਾਵਾ ਸਾਨੂੰ ਸੱਜਾ ਹੱਥ ਵਖਾ ਕੇ ਮਾਰੀ ਸੁਖਬੀ ਅਸੀਂ ਜੰਨਤ ਵੱਲ ਨੂੰ ਨੱਟ ਪਏ ਤੇ ਦੁਜਕ ਲੱਭੀ ਅਸੀਂ ਖੜੇ ਖਲੋਤੇ ਕੰਬ ਗਏ ਪਰ ਛਾਵੇਂ ਬਦਲੇ ਸਾਡੇ ਆਪਣੇ ਆ ਪਟਵਾਰੀਆਂ ਸਾਡੇ ਨਾਵੇਂ ਬਦਲੇ ਸਾਨੂੰ ਸੁਰਤ ਨਾ ਆਈ ਹੋਵੰਦੇ ਕਿੰਜ ਘਾਟੇ ਵਾਦੇ ਅਸੀਂ ਬਾਂਦਰ ਕਿਲਾ ਖੇਡਿਆ ਤੇ ਛਤਰ ਖਾਦੇ ਅਸੀਂ ਅੱਖਾਂ ਮਲਮਲ ਵੇਖੀਏ ਕੀ ਖੇਡਾਂ ਹੋਈਆਂ ਕਿਤੇ ਸ਼ੇਰਾਂ ਵਰਗੇ ਸੂਰਮੇ ਅੱਜ ਪੇਡਾ ਹੋਈਆਂ ਅਫਜ਼ਲ ਸਾਹਿਰ ਧੰਨਵਾਦ